7 ਲੱਖ ਦੇ ਕਰੀਬ ਮੁਲਾਜ਼ਮ ਅਤੇ ਪੈਨਸ਼ਨਰ ਉਡੀਕ ਰਹੇ ਨੇ ਵੀ ਸਾਡੇ ਲੀਡਰ ਅੱਜ ਚੰਡੀਗੜ੍ਹ ਤੋਂ ਕੀ ਲੈ ਕੇ ਆਉਣਗੇ। ਸਾਨੂੰ ਪਹਿਲਾਂ ਹੀ ਪਤਾ ਸੀ ਜਦੋਂ ਮੀਟਿੰਗ ਦਾ ਵੀ ਪੱਤਰ ਜਾਰੀ ਹੋਇਆ, ਮੀਟਿੰਗ ਦੇ ਵਿੱਚੋਂ ਮਿਲਣਾ ਕੁਝ ਨਹੀਂ, ਕਿਉਂਕਿ ਫਿਰ ਆਏ ਕਿਉਂ? ਤੁਹਾਡੇ ਮਾਧਿਅਮ ਰਾਹੀਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿਣੀ ਚਾਹੁੰਦੇ ਹਾਂ ਕਿ ਤੁਸੀਂ ਜਿਹੜਾ ਲੈਟਰ ਸਾਨੂੰ ਪਾਇਆ ਸੀ ਨਾ, ਉਹ ਇਹ ਲੈਟਰ ਸੀਗਾ ਕਿ ਮੁੱਖ ਮੰਤਰੀ ਸਾਹਿਬ ਨੇ ਚਾਹਿਆ ਹੈ ਕਿ ਮੀਟਿੰਗ ਮੇਰੇ ਬਜਾਏ ਕੈਬਨਿਟ ਸਬ ਕਮੇਟੀ ਦੇ ਨਾਲ 12 ਤਰੀਕ ਨੂੰ ਹੋਵੇ। ਜੇ ਮੁੱਖ ਮੰਤਰੀ ਸਾਹਿਬ ਤੁਹਾਡੇ ਕਹੇ ਤੇ ਤੁਹਾਡੇ ਮੰਤਰੀ ਸਾਹਿਬਾਨ ਨਹੀਂ ਆਉਂਦੇ ਤੇ ਤੁਸੀਂ ਪੰਜਾਬ ਦੀ ਅਫਸਰਸ਼ਾਹੀ ਤੋਂ ਕੀ ਉਮੀਦ ਕਰੋਗੇ? ਇੰਨਾ ਕੁ ਅਸੀਂ ਉਹਨਾਂ ਦੀ ਗੱਲਬਾਤ ਤੋਂ ਜੱਜ ਕੀਤਾ, ਉਹ ਇਹ ਹੈ ਕਿ ਉਹਨਾਂ ਨੂੰ ਤੇ ਪੂਰੀਆਂ ਮੰਗਾਂ ਬਾਰੇ ਵੀ ਨਹੀਂ ਪਤਾ, ਕਿਉਂਕਿ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਤੁਹਾਡੀ ਮੰਗ ਤੇ ਸਾਡਾ ਜਵਾਬ ਇਹ ਸੀਗਾ ਕਿ ਮੰਤਰੀ ਸਾਹਿਬ ਅਸੀਂ ਉਹੀ ਮੰਗ ਦੇ ਉੱਤੇ ਤੁਹਾਡੇ ਕੋਲ ਆਏ ਹਾਂ ਜਿਹਦੇ ਉੱਤੇ ਤੁਸੀਂ 18, 11, 22 ਨੂੰ ਪ੍ਰੈਸ ਕਾਨਫਰੰਸ ਕੀਤੀ ਸੀ। ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਮੁਲਾਜ਼ਮ ਤੇ ਪੈਨਸ਼ਨਰਸ ਨੇ ਕਿਸੇ ਪਾਰਟੀ ਦੇ ਭਰੋਸਾ ਕੀਤਾ ਹੋਵੇ, ਇੱਕ ਮਤ ਹੋ ਕੇ ਕਿਸੇ ਪਾਰਟੀ ਨੂੰ ਵੋਟਾਂ ਪਾਈਆਂ ਹੋਣ, ਤੇ ਮੈਂ ਕਿਹਾ ਜੀ ਉਹ ਤੁਹਾਡੀ ਪਾਰਟੀ ਸੀਗੀ। ਕਿ ਅੱਜ ਇੱਕ ਪੇਪਰ ਦੇ ਵਿੱਚ ਬੜੀ ਵੱਡੀ ਖਬਰ ਲੱਗੀ NPS ਦੇ ਉੱਤੇ, ਉਸ ਖਬਰ ਦੇ ਮੁਤਾਬਕ ਤੁਸੀਂ 122 ਕਰੋੜ ਰੁਪਈਆ ਜਿਹੜਾ NPS ਦੀ ਸ਼ੇਅਰ ਮਨੀ ਵਜੋਂ ਸਰਕਾਰ ਨੇ ਦੇਣਾ ਹੁੰਦਾ, ਤੁਹਾਡੇ ਕੋਲੋਂ ਤਾਂ 122 ਕਰੋੜ ਉਹ ਨਹੀਂ ਹਜੇ ਤੱਕ ਭੇਜਿਆ PFRDA ਨੇ। ਨਹੀਂ ਗਿਆ, ਨਹੀਂ ਗਿਆ। ਅੱਜ ਵੀ ਉਹ ਜਿਹੜੀਆਂ ਮੰਗਾਂ ਉਹ ਪ੍ਰੋਸੀਡਿੰਗ ਤੱਕ ਹੀ ਰਹਿ ਗਈਆਂ, ਭਰਪਾਈ ਉਹਨਾਂ ਦੀ ਕਿਤੇ ਨਹੀਂ ਹੋਈ। ਹੈਰਾਨੀ ਦੀ ਗੱਲ ਇਹ ਹੋਈ ਹੈ ਕਿ ਸਾਨੂੰ ਜਥੇਬੰਦੀ ਨੂੰ 11 ਵਜੇ ਦਾ ਸਮਾਂ ਦਿੱਤਾ ਸੀ ਮੀਟਿੰਗ ਦਾ, ਤੇ ਇਸ ਸਮੇਂ ਤੇ ਅਸੀਂ ਇੱਥੇ ਪਹੁੰਚ ਗਏ। FCR ਸਾਹਿਬ 11:20 ਤੇ ਆਏ ਔਰ ਸਾਨੂੰ ਕਿਹਾ ਗਿਆ ਕਿ ਮੇਰਾ ਅਗਲੀ 11:30 ਵਜੇ ਮੇਰੀ VC ਹੈ, ਸੋ ਮੇਰੇ ਕੋਲ ਸਮਾਂ ਘੱਟ ਹੈ, ਤੁਸੀਂ ਗੱਲ ਕਰੋ। ਬੜੀ ਖੇਦ ਦੀ ਗੱਲ ਹੈ ਜੀ ਕਿ IAS ਆਫੀਸਰ ਜਿਹੜੇ ਇੱਕ ਜਥੇਬੰਦੀ ਦੀ ਮੰਗ ਨੂੰ ਸੁਣਨ ਨੂੰ ਤਿਆਰ ਨੇ, ਉਹ ਪੂਰਾ ਪੰਜਾਬ ਕਿਵੇਂ ਦੇਖਣਗੇ? ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਪੰਜਾਬ ਦੇ ਮੁਲਾਜ਼ਮ ਅਤੇ ਪੰਜਾਬ ਦੇ ਮੁਲਾਜ਼ਮਾਂ ਦੀ ਪੰਜਾਬ ਭਵਨ ਅਤੇ ਪੰਜਾਬ ਸਕੱਤਰੇਤ 'ਤੇ ਲੱਗੀ ਹੈ ਪੂਰੀ ਅੱਖ, ਕਿਉਂਕਿ ਅੱਜ ਕੱਲ੍ਹ ਪੰਜਾਬ ਸਰਕਾਰ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰ ਰਹੀ ਹੈ ਔਰ ਅੱਜ ਵੀ ਮੁੱਖ ਜਥੇਬੰਦੀਆਂ ਨਾਲ ਪੰਜਾਬ ਸਰਕਾਰ ਨੇ ਵੱਖ ਵੱਖ ਮੀਟਿੰਗਾਂ ਕੀਤੀਆਂ ਨੇ। 7 ਲੱਖ ਦੇ ਕਰੀਬ ਮੁਲਾਜ਼ਮ ਅਤੇ ਪੈਨਸ਼ਨਰ ਉਡੀਕ ਰਹੇ ਨੇ ਵੀ ਸਾਡੇ ਲੀਡਰ ਅੱਜ ਚੰਡੀਗੜ੍ਹ ਤੋਂ ਕੀ ਲੈ ਕੇ ਆਉਣਗੇ, ਤੁਹਾਨੂੰ ਉਹ ਦੱਸਾਂਗੇ। ਕਿਉਂਕਿ ਜਿਹੜੇ ਲੀਡਰਾਂ ਨੇ ਅੱਜ ਮੀਟਿੰਗਾਂ ਕੀਤੀਆਂ ਨੇ ਸਰਕਾਰ ਨਾਲ, ਉਹ ਸਾਡੇ ਸਟੂਡੀਓ 'ਚ ਆਏ ਨੇ, ਤੁਹਾਡੇ ਸਨਮੁਖ ਕਰਦੇ ਹਾਂ। ਸਭ ਤੋਂ ਪਹਿਲਾਂ CPF ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਜੀ ਔਰ DC ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ। ਸੁਖਜੀਤ ਜੀ, ਅੱਜ ਤੁਸੀਂ ਮਿਲ ਕੇ ਆਏ ਜੇ ਕੈਬਨਿਟ ਸਬ ਕਮੇਟੀ ਨੂੰ, ਤੁਹਾਡੀ ਮੁੱਖ ਮੰਗ ਇਹ ਹੈ ਵੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੀ ਮਿਲਿਆ? ਦੇਖੋ, ਇਹ ਤਾਂ ਸਾਨੂੰ ਪਹਿਲਾਂ ਹੀ ਪਤਾ ਸੀ ਜਦੋਂ ਮੀਟਿੰਗ ਦਾ ਵੀ ਪੱਤਰ ਜਾਰੀ ਹੋਇਆ, ਮੀਟਿੰਗ ਦੇ ਵਿੱਚੋਂ ਮਿਲਣਾ ਕੁਝ ਨਹੀਂ, ਕਿਉਂਕਿ ਫਿਰ ਆਏ ਕਿਉਂ? ਆਉਣ ਦਾ ਸਿਰਫ ਇੱਕੋ ਇੱਕ ਕਾਰਨ ਹੈ ਕਿ ਸਰਕਾਰ ਨੂੰ ਇਹ ਮੌਕਾ ਨਾ ਮਿਲੇ, ਕਿਉਂਕਿ ਜਦੋਂ ਜਲੰਧਰ ਬਾਈ ਇਲੈਕਸ਼ਨ ਚੱਲ ਰਹੀ ਸੀ ਜੀ, ਉਦੋਂ ਵੀ ਸਰਕਾਰ ਵੱਲੋਂ ਇਹ ਗੱਲ ਬਾਰ ਬਾਰ ਕਹੀ ਗਈ ਕਿ ਕਈ ਵਾਰ ਮੀਟਿੰਗਾਂ ਦੇ ਉੱਤੇ ਬੁਲਾਇਆ ਗਿਆ ਜਿਸਦਾ ਜਥੇਬੰਦੀ ਵੱਲੋਂ ਬਾਈਕਾਟ ਕੀਤਾ ਗਿਆ ਕਿ ਤੁਸੀਂ ਜਾਣ ਬੁੱਝ ਕੇ ਸਰਕਾਰ ਦੀਆਂ ਮੀਟਿੰਗਾਂ 'ਚ ਨਹੀਂ ਆਉਂਦੇ ਔਰ ਸਰਕਾਰ ਨੂੰ ਇਸ ਗੱਲ ਕਰਨ ਦਾ ਮੌਕਾ ਨਾ ਮਿਲੇ, ਜਿਸ ਕਰਕੇ ਅਸੀਂ ਇਹ ਫੈਸਲਾ ਕੀਤਾ ਸੀਗਾ ਕਿ ਚਾਹੇ ਅਫਸਰਸ਼ਾਹੀ ਬੁਲਾਵੇ, ਮੰਤਰੀ ਸਾਹਿਬਾਨ ਬੁਲਾਉਣ ਜਾਂ ਮੁੱਖ ਮੰਤਰੀ ਸਾਹਿਬਾਨ ਬੁਲਾਉਣ, ਜਾਣਾ ਹੀ ਜਾਣਾ, ਜਾਵਾਂਗੇ ਜ਼ਰੂਰ ਔਰ ਆਪਣੀ ਗੱਲ ਡੰਕੇ ਦੀ ਚੋਟ 'ਤੇ ਉੱਥੇ ਰੱਖ ਕੇ ਆਵਾਂਗੇ। ਜੇ ਸਰਕਾਰ ਗੱਲ ਨਹੀਂ ਮੰਨਦੀ ਤੇ ਆਪਣੇ ਸੰਘਰਸ਼ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਰਕਾਰ ਦੇ ਕੰਨੀ ਪਾ ਕੇ। ਅੱਜ ਮੀਟਿੰਗ ਹੋਈ ਕਿਹਦੇ ਨਾਲ?
ਅੱਜ ਜਿਹੜੀ ਮੀਟਿੰਗ ਸੀ ਉਹ ਬੜੀ ਹਾਸੋਹੀਣੀ ਮੀਟਿੰਗ ਸੀ ਕਿ NRI ਮਨਿਸਟਰ ਧਾਲੀਵਾਲ ਸਾਹਿਬ ਪੂਰੀ ਕੈਬਨਿਟ ਸਬ ਕਮੇਟੀ ਦੇ ਵਿੱਚ ਉਹ ਇਕੱਲੇ ਬੈਠੇ ਹੋਏ ਸੀ। ਕੇਵਲ ਕੁਲਦੀਪ ਸਿੰਘ ਧਾਲੀਵਾਲ ਹੀ ਅੱਜ ਮੀਟਿੰਗ 'ਚ? ਬਿਲਕੁਲ ਜੀ, ਔਰ ਇਹੀ ਗੱਲ ਤੁਹਾਡੇ ਮਾਧਿਅਮ ਰਾਹੀਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿਣੀ ਚਾਹੁੰਦੇ ਹਾਂ ਕਿ ਤੁਸੀਂ ਜਿਹੜਾ ਲੈਟਰ ਸਾਨੂੰ ਪਾਇਆ ਸੀ ਨਾ, ਉਹ ਇਹ ਲੈਟਰ ਸੀਗਾ ਕਿ ਮੁੱਖ ਮੰਤਰੀ ਸਾਹਿਬ ਨੇ ਚਾਹਿਆ ਹੈ ਕਿ ਮੀਟਿੰਗ ਮੇਰੇ ਬਜਾਏ ਕੈਬਨਿਟ ਸਬ ਕਮੇਟੀ ਦੇ ਨਾਲ 12 ਤਰੀਕ ਨੂੰ ਹੋਏਗੀ। ਓਕੇ, ਤੇ ਜੇ ਮੁੱਖ ਮੰਤਰੀ ਸਾਹਿਬ ਤੁਹਾਡੇ ਕਹੇ ਤੇ ਤੁਹਾਡੇ ਮੰਤਰੀ ਸਾਹਿਬਾਨ ਨਹੀਂ ਆਉਂਦੇ ਤੇ ਤੁਸੀਂ ਪੰਜਾਬ ਦੀ ਅਫਸਰਸ਼ਾਹੀ ਤੋਂ ਕੀ ਉਮੀਦ ਕਰੋਗੇ? ਨਹੀਂ, ਪਰ ਇਹ ਤਾਂ ਬੜੀ ਸੀਰੀਅਸ ਗੱਲ ਹੈ ਵੀ ਕੈਬਨਿਟ ਸਬ ਕਮੇਟੀ ਦੇ ਜਿਹੜੇ ਹੈੱਡ ਨੇ, ਮੁਖੀ ਨੇ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ, ਇੱਕ ਹੋਰ ਸੀਨੀਅਰ ਮੰਤਰੀ ਅਮਨ ਅਰੋੜਾ ਨੇ ਤੇ ਕੁਲਦੀਪ ਧਾਲੀਵਾਲ ਨੇ, ਫਿਰ ਇੱਕ ਮੰਤਰੀ ਨਾਲ ਤੇ ਮੀਟਿੰਗ ਰਸਮ ਜੀ ਨਹੀਂ ਪੂਰੀ ਹੋਈ? ਮੈਂ ਕਹਿੰਦਾ ਜੀ, ਉਹ ਤੇ ਰਸਮ ਵਾਲਾ ਵੀ ਹਾਲਾਤ ਨਹੀਂ ਸੀ ਲੱਗ ਰਹੇ, ਕਿਉਂਕਿ ਉਹ ਮੰਤਰੀ ਸਾਹਿਬ ਨੂੰ ਬਿਠਾਇਆ ਗਿਆ ਜਿਨ੍ਹਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ, ਕੋਈ ਗੱਲ ਮੰਨਣ ਦਾ ਜਾਂ ਕੋਈ ਗੱਲ ਰੱਖਣ ਦਾ। ਔਰ ਜਿੰਨਾ ਕੁ ਅਸੀਂ ਉਹਨਾਂ ਦੀ ਗੱਲਬਾਤ ਤੋਂ ਜੱਜ ਕੀਤਾ ਉਹ ਇਹ ਹੈ ਕਿ ਉਹਨਾਂ ਨੂੰ ਤੇ ਪੂਰੀਆਂ ਮੰਗਾਂ ਬਾਰੇ ਵੀ ਨਹੀਂ ਪਤਾ, ਕਿਉਂਕਿ ਜਦੋਂ ਉਹਨਾਂ ਨੇ ਗੱਲ ਕੀਤੀ ਕਿ ਤੁਹਾਡੀ ਮੰਗ, ਤੇ ਸਾਡਾ ਜਵਾਬ ਇਹ ਸੀਗਾ ਕਿ ਮੰਤਰੀ ਸਾਹਿਬ ਅਸੀਂ ਉਹੀ ਮੰਗ ਦੇ ਉੱਤੇ ਤੁਹਾਡੇ ਕੋਲ ਆਏ ਹਾਂ ਜਿਹਦੇ ਉੱਤੇ ਤੁਸੀਂ 18-11-22 ਨੂੰ ਪ੍ਰੈਸ ਕਾਨਫਰੰਸ ਕੀਤੀ ਸੀ। ਧਾਲੀਵਾਲ ਸਾਹਿਬ ਨੇ ਕੀਤੀ? ਧਾਲੀਵਾਲ ਸਾਹਿਬ, ਅਮਨ ਅਰੋੜਾ ਜੀ ਨੇ ਬੈਠ ਕੇ ਇਕੱਠੀ ਪ੍ਰੈਸ ਕਾਨਫਰੰਸ ਪੰਜਾਬ ਭਵਨ 'ਚ ਕੀਤੀ ਸੀ ਕਿ ਅਸੀਂ ਮੁਲਾਜ਼ਮਾਂ ਨੂੰ ਦੀਵਾਲੀ ਦਾ ਗਿਫਟ ਦੇ ਦਿੱਤਾ ਆ, ਜਿਹ 'ਚ 6% DA ਸੀ ਤੇ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਸੀਗਾ ਕਿ ਅਸੀਂ ਲਾਗੂ ਕਰਤੀ। ਇਹ 22 ਦੀਆਂ ਗੱਲਾਂ? ਇਹ 22 ਦੀਆਂ ਗੱਲਾਂ ਜੀ। ਔਰ ਅਸੀਂ ਕਹਿ ਦਈਏ ਉਹੀ ਮੰਗ ਦੇ ਉੱਤੇ ਅਸੀਂ ਤੁਹਾਡੇ ਕੋਲ ਬੈਠੇ ਹਾਂ ਜਿਹਦੇ ਉੱਤੇ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਸੀ ਕਿ ਅਸੀਂ ਆਪਣਾ ਕੀਤਾ ਹੋਇਆ ਵਾਅਦਾ ਤੁਹਾਡੇ ਨਾਲ ਪੂਰਾ ਕਰਤਾ, ਅਸੀਂ ਤਾਂ ਉਹ ਜਿਹੜੀ ਤੁਸੀਂ ਸਾਨੂੰ ਵਧਾਈ ਦਿੱਤੀ ਸੀ ਤੇ ਉਹ ਚੀਜ਼ ਇੰਪਲੀਮੈਂਟ ਕਰਨ ਨੂੰ ਭਾਲੀ ਜਾਂਦੇ ਹਾਂ ਵੀ 2 ਸਾਲ ਦੀ ਸਰਕਾਰ ਸੁੱਤੀ ਕਿੱਥੇ ਹੋਈ। ਔਰ ਉਸ ਤੋਂ ਬਾਅਦ ਵੀ ਜੇ ਅਸੀਂ ਗੱਲ ਕਰੀਏ ਕਿ ਦੂਜਾ ਲਫ਼ਜ਼ ਧਾਲੀਵਾਲ ਸਾਹਿਬ ਨਹੀਂ ਬੋਲ ਸਕੇ, ਕਾਰਨ ਕਿ ਜਦੋਂ ਅਸੀਂ ਉਹਨਾਂ ਨੂੰ ਇਹ ਕਿਹਾ ਕਿ 22 ਦੇ ਵਿੱਚ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਮੁਲਾਜ਼ਮ ਤੇ ਪੈਨਸ਼ਨਰਸ ਨੇ ਕਿਸੇ ਪਾਰਟੀ ਦੇ ਭਰੋਸਾ ਕੀਤਾ ਹੋਵੇ, ਇੱਕ ਮਤ ਹੋ ਕੇ ਕਿਸੇ ਪਾਰਟੀ ਨੂੰ ਵੋਟਾਂ ਪਾਈਆਂ ਹੋਣ, ਤੇ ਮੈਂ ਕਿਹਾ ਜੀ ਉਹ ਤੁਹਾਡੀ ਪਾਰਟੀ ਸੀਗੀ, ਪਰ ਜਦੋਂ ਤੁਸੀਂ ਸਾਡੀ ਗੱਲ ਨਹੀਂ ਸੁਣੀ ਤੇ ਲੋਕ ਸਭਾ ਚੋਣਾਂ 'ਚ ਅਸੀਂ ਮੁਖਾਲਵਤ ਵੀ ਤੁਹਾਡੀ ਕੀਤੀ ਤੇ ਡਟ ਕੇ ਕੀਤੀ, ਨਤੀਜਾ ਤੁਹਾਨੂੰ ਵੀ ਪਤਾ ਹੈ ਕਿਉਂਕਿ ਉਹ ਵੀ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਕੈਂਡੀਡੇਟ। ਸੋ ਇਸ ਕਰਕੇ ਇਸ ਗੱਲ ਨੂੰ ਤਾਂ ਉਹਨਾਂ ਨੇ ਮੰਨਿਆ ਕਿ ਮੁਲਾਜ਼ਮ ਤੇ ਪੈਨਸ਼ਨਰਸ ਦੀ ਇੱਕ ਤਾਕਤ ਆ ਪੰਜਾਬ ਦੇ ਵਿੱਚ। ਨਹੀਂ, ਤੁਹਾਡਾ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਬਦਲਾਅ ਆਇਆ ਉਹਦੇ 'ਚ ਮੁਲਾਜ਼ਮਾਂ ਦਾ, ਪੈਨਸ਼ਨਾਂ ਦਾ ਵੱਡਾ ਯੋਗਦਾਨ ਹੈ? ਬਿਲਕੁਲ ਜੀ, ਕਿਉਂਕਿ ਜਿਹੜਾ ਮੁਲਾਜ਼ਮ ਵਰਗ ਆ ਜਾਂ ਪੈਨਸ਼ਨ ਵਰਗ ਦੀ ਗੱਲ ਕਰੀਏ, ਉਹ ਲੋਕ ਨੇ ਜਿਹੜਾ ਇੱਕ ਡੀਲਿੰਗ ਹੈਂਡ ਸੀਟ ਦੇ ਉੱਤੇ ਬੈਠਾ ਹੈ ਤੇ ਉਹ ਲਗਭਗ ਇੱਕ ਦਿਨ 'ਚ 50 ਦੇ ਕਰੀਬ ਆਮ ਲੋਕਾਂ ਨੂੰ ਮਿਲਦਾ, ਉਹ ਬੰਦਾ ਦੱਸਦਾ ਸਰਕਾਰ ਦੀਆਂ ਕਮੀਆਂ ਕੀ ਨੇ, ਸਰਕਾਰ ਕਿੱਥੇ ਚੰਗੀ ਹੈ, ਸਰਕਾਰ ਕੀ ਮਾੜਾ ਕਰ ਰਹੀ ਹੈ, ਕੀ ਨਹੀਂ ਕਰ ਰਹੀ। ਜੇਕਰ ਉਹ ਮੁਲਾਜ਼ਮ ਵਰਗ ਹੀ ਦੁਖੀ ਹੈ, ਉਹ ਮੁਲਾਜ਼ਮ ਵਰਗ ਹੜਤਾਲਾਂ ਤੇ ਹੈ, ਉਹ ਧਰਨਿਆਂ ਦੇ ਉੱਤੇ ਹੈ, ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਕੇ ਮੀਟਿੰਗ ਕਰਨ ਤੋਂ ਭੱਜ ਰਹੇ ਨੇ, ਕੈਬਨਿਟ ਸਬ ਕਮੇਟੀ ਦੇ ਨਾਂ ਦੇ ਉੱਤੇ ਖਾਨਾ ਪੂਰਤੀ ਕੀਤੀ ਜਾ ਰਹੀ ਹੈ, ਤੇ ਉਹ ਮੁਲਾਜ਼ਮ ਵਰਗ ਜਾ ਕੇ ਇਹੀ ਗੱਲ ਅੱਗੇ ਰੱਖੇਗਾ ਲੋਕਾਂ ਦੇ? ਮੀਟਿੰਗ 'ਚ ਧਾਲੀਵਾਲ ਸਾਹਿਬ ਨਾਲ ਅਫਸਰਸ਼ਾਹੀ ਤੇ ਪੂਰੀ ਹੋਊਗੀ? ਸਿਰਫ ਇੱਕ ਬੈਠੇ ਹੋਏ ਸੀਗੇ IAS ਸਾਹਿਬ ਦੀਪਕ ਜੀ, ਅੱਛਾ, ਜਿਹੜੇ ਸੈਕਟਰੀ ਫਾਈਨਾਂਸ ਦੇ ਸ਼ਾਇਦ ਉਹ ਬੈਠੇ ਹੋਏ ਸੀਗੇ, ਉਹਨਾਂ ਦੇ ਨਾਲ ਵੀ ਸਾਰੀ ਗੱਲਬਾਤ ਇਸ ਮੁੱਦੇ ਦੇ ਉੱਤੇ ਹੋਈ। ਪਹਿਲਾਂ ਤਾਂ ਉਹਨਾਂ ਦੀ ਵਰਡਿੰਗ ਇਹ ਸੀ ਕਿ ਸਰਕਾਰ ਜਿਹੜੀ ਕੇਂਦਰ ਸਰਕਾਰ ਨੇ UPS ਲਿਆਂਦੀ ਉਹਦੇ ਵਾਸਤੇ ਸੋਚ ਰਹੀ ਹੈ। ਓਕੇ, ਇਹ ਗੱਲ ਆ ਗਈ ਸਾਹਮਣੇ? ਆ ਗਈ ਸਾਹਮਣੇ, ਤੇ ਜਦੋਂ ਉਹਨਾਂ ਨੂੰ, ਮੇਰਾ ਅਗਲਾ ਸਵਾਲ ਇਹ, ਵਿੱਤ ਸਕੱਤਰ ਸਨ ਉਹ? ਬਿਲਕੁਲ,
ਜਦੋਂ ਮੇਰਾ ਅਗਲਾ ਸਵਾਲ ਉਹਨਾਂ ਨੂੰ ਇਹ ਹੋਇਆ ਕਿ ਅੱਜ ਇੱਕ ਪੇਪਰ ਦੇ ਵਿੱਚ ਬੜੀ ਵੱਡੀ ਖਬਰ ਲੱਗੀ ਐਨਪੀਐਸ ਦੇ ਉੱਤੇ, ਉਸ ਖਬਰ ਦੇ ਮੁਤਾਬਕ ਤੁਸੀਂ 122 ਕਰੋੜ ਰੁਪਇਆ ਜਿਹੜਾ ਐਨਪੀਐਸ ਦੀ ਸ਼ੇਅਰ ਮਨੀ ਵਜੋਂ ਸਰਕਾਰ ਨੇ ਦੇਣਾ ਹੁੰਦਾ, ਤੁਹਾਡੇ ਕੋਲੋਂ ਤਾਂ 122 ਕਰੋੜ ਉਹ ਨੀ ਹਜੇ ਤੱਕ ਭੇਜਿਆ ਪੀ ਐਫ ਆਰ ਡੀ ਏ ਨੂੰ? ਨਹੀਂ ਗਿਆ, ਨਹੀਂ ਗਿਆ ਜੀ। ਕਿੰਨੇ ਚਿਰ ਦਾ ਹੈ ਇਹ? 22 ਤੇ 23 ਦਾ ਟੋਟਲ 25 ਕਰੋੜ ਹਜੇ ਰਹਿੰਦਾ, ਤੇ ਜਿਹੜਾ 23 ਤੋਂ 24 ਵਾਲਾ ਫਾਈਨੈਂਸ਼ੀਅਲ ਈਅਰ ਚੱਲ ਰਿਹਾ, 24 ਤੋਂ 25 ਵਾਲਾ ਜਿਹੜਾ ਹੁਣ ਚੱਲਦਾ ਪਿਆ, ਉਹਦਾ ਆ ਜਿਹੜਾ 100 ਕਰੋੜ ਦੇ ਕਰੀਬ ਉਹ ਪੈਂਡਿੰਗ। ਮੈਨੂੰ ਲੱਗਦਾ ਸੁਖਜੀਤ ਜੀ, ਜਿਹੜੇ ਤੁਹਾਡੇ ਜਿਹੜੇ 2 ਲੱਖ ਤੋਂ ਉੱਪਰ ਮੁਲਾਜ਼ਮ ਪ੍ਰਭਾਵਿਤ ਨੇ ਪੁਰਾਣੀ ਪੈਨਸ਼ਨ ਹਾਸਲ ਕਰਨ ਲਈ ਯਤਨ ਕਰ ਰਹੇ ਨੇ, ਉਹਨਾਂ ਨੂੰ ਤੇ ਅੱਜ ਲੱਗਦਾ ਹੈ ਵੀ ਸੁਖਜੀਤ ਹੋਣੀ ਕੋਈ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਣਗੇ। ਮੈਨੂੰ ਲੱਗਦਾ ਤੁਸੀਂ ਤਾਂ ਉਹਨਾਂ ਨੂੰ ਬਚਾਨੇ 'ਚ ਪਾਤਾ। ਤਜਿੰਦਰ ਜੀ, ਤੁਸੀਂ ਅੱਜ ਵੱਡੇ ਘਰ ਗਏ ਸੀ, ਪੰਜਾਬ ਸਕੱਤਰਿਤ। ਪੰਜਾਬ ਸਕੱਤਰਿਤ ਇੱਦਾਂ ਦਾ ਬਿਲਡਿੰਗ ਹੈ ਜਿੱਥੋਂ ਪੰਜਾਬ ਦੀ ਕਿਸਮਤ ਘੜੀ ਜਾਂਦੀ ਹੈ, ਅਤੇ ਦੂਰੋਂ ਦੂਰੋਂ ਪੰਜਾਬੀ ਆਉਂਦੇ ਨੇ ਸਕੱਤਰਿਤ, ਮੰਤਰੀਆਂ ਨੂੰ ਮਿਲਣ, ਅਫਸਰਾਂ ਨੂੰ ਮਿਲਣ ਵੀ ਸਾਨੂੰ ਇਨਸਾਫ ਮਿਲੂਗਾ, ਸਾਡੇ ਹੱਕ ਪ੍ਰਾਪਤ ਹੋਣਗੇ। ਤੁਸੀਂ ਕੁਛ ਲੈ ਕੇ ਆਏ ਜੇ? ਦੇਖੋ ਜੀ, ਜੇ ਵੱਡੇ ਘਰ ਦੀ ਗੱਲ ਕਰੀਏ ਤੇ ਅੱਜ ਉਸ ਘਰ ਚੋਂ ਵੀ ਸਾਨੂੰ ਨਿਰਾਸ਼ਾ ਨਜ਼ਰ ਆਈ। ਉਹ ਕਿਉਂ ਕਿਉਂ ਨਿਰਾਸ਼ਾ ਨਜ਼ਰ ਆਈ? ਕਿ ਜ਼ਿਲ੍ਹੇ ਦੀਆਂ ਮੰਗਾਂ ਸੰਬੰਧੀ ਸੰਬੰਧਿਤ ਡਿਪਟੀ ਕਮਿਸ਼ਨਰ ਕੋਲ ਜਾਂਦੇ ਆ ਤੇ ਸਾਨੂੰ ਉੱਥੋਂ ਕੁਝ ਨਾ ਕੁਝ ਹਾਸਲ ਹੁੰਦਾ, ਜ਼ਿਲ੍ਹਾ ਪੱਧਰ ਦੀਆਂ ਮੰਗਾਂ ਜਿਹੜੀਆਂ ਉਹ ਹੱਲ ਹੋ ਜਾਂਦੀਆਂ। ਜਦੋਂ ਸੂਬੇ ਪੱਧਰ ਦੀਆਂ ਮੰਗਾਂ ਜਿਹਨਾਂ ਦੀ ਭਰਪਾਈ ਸਰਕਾਰ ਨੇ ਕਰਨੀ ਹੁੰਦੀ ਹੈ ਤੇ ਉਹਦੇ ਲਈ ਸਾਨੂੰ ਸਕੱਤਰੇ ਦਾ ਦਰਵਾਜ਼ਾ ਖੜਕਾਉਣਾ ਪੈਂਦਾ, ਉਹਦੇ ਲਈ ਸਾਨੂੰ ਕੋਈ ਸੰਘਰਸ਼ ਦੇ ਕੇ, ਜਦੋਂ ਅਸੀਂ ਸੰਘਰਸ਼ ਦਾ ਐਲਾਨ ਕਰਦੇ ਹਾਂ ਤੇ ਫਿਰ ਸਾਨੂੰ ਸਕੱਤਰੇਤ ਵੱਲੋਂ ਮੀਟਿੰਗ ਦਾ ਪੱਤਰ ਜਾਰੀ ਹੁੰਦਾ ਹੈ। ਔਰ ਅੱਜ ਵੀ ਅਸੀਂ ਜਿਹੜੀ ਡੀਸੀ ਦਫ਼ਤਰੀ ਜਥੇਬੰਦੀ ਵੱਲੋਂ 27 ਜੁਲਾਈ 2024 ਨੂੰ ਮੋਗਾ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਤੇ ਸਾਡੀਆਂ ਪੁਰਾਣੀਆਂ ਜਿਹੜੀਆਂ ਚੱਲੀਆਂ ਆ ਰਹੀਆਂ ਮੰਗਾਂ, ਕਿਉਂਕਿ ਮਾਨਯੋਗ ਵਿਸ਼ੇਸ਼ ਮੁੱਖ ਸਕੱਤਰ ਕੰਮ ਵਿੱਤ ਕਮਿਸ਼ਨਰ ਮਾਲ ਜੀ ਨਾਲ ਸਾਡੀਆਂ ਜਿਹੜੀਆਂ ਉਹ 4 ਮੀਟਿੰਗਾਂ ਹੋ ਚੁੱਕੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀਗਾ ਤੇ ਇਹ ਪਹਿਲੀ ਸਰਕਾਰ ਹੈ ਜਿਹਦੇ ਵਿੱਚ ਐਸਮਾ ਜਿਹੜਾ ਉਹ ਸਾਡੇ ਤੇ ਲਾਇਆ ਗਿਆ ਸੀਗਾ। ਪਰ ਐਸਮਾ ਦੇ ਵਿੱਚ ਵੀ ਅਸੀਂ ਸੰਘਰਸ਼ ਦਾ ਐਲਾਨ ਕਰਨ ਤੋਂ ਬਾਅਦ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਦੀ ਪ੍ਰਵਾਨਗੀ ਨਾਲ 11/9/2023 ਨੂੰ ਸਾਡੀ ਐਫ ਸੀ ਆਰ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਜੀ। ਉਸ ਤੋਂ ਬਾਅਦ ਵਿੱਚ 8 ਫਰਵਰੀ 2024 ਨੂੰ ਮੀਟਿੰਗ ਹੋਈ। ਹੁਣ ਇਹ 2 ਮੀਟਿੰਗਾਂ ਬੜੀਆਂ ਅਹਿਮ ਮੀਟਿੰਗਾਂ ਸੀਗੀਆਂ ਸਾਡੀ ਜਥੇਬੰਦੀ ਨਾਲ, ਪਰ ਉਸ ਮੀਟਿੰਗ ਦੀਆਂ ਪ੍ਰੋਸੀਡਿੰਗਾਂ ਤਾਂ ਜਾਰੀ ਹੋ ਗਈਆਂ। ਕਿਸੇ ਮੰਗ ਨੂੰ ਕਹਿਤਾ ਗਿਆ ਕਿ ਇਹ ਫਾਈਨਾਂਸ ਨੂੰ ਭੇਜ ਦਿੱਤੀ ਗਈ, ਕਿਸੇ ਮੰਗ ਦਾ ਕਹਿਤਾ ਪਰਸੋਨਲ ਨੂੰ ਭੇਜ ਦਿੱਤੀ ਗਈ, ਕਿਸੇ ਮੰਗ ਤੇ ਇਹ ਲਿਖਿਆ ਗਿਆ ਪ੍ਰੋਸੀਡਿੰਗ ਦੇ ਵਿੱਚ ਕਿ ਇਹਦੇ ਤੇ ਡਿਪਟੀ ਕਮਿਸ਼ਨਰ ਕੋਲੋਂ ਜਿਹੜਾ ਉਹ ਟਿੱਪਣੀਆਂ ਮੰਗੀਆਂ ਜਾਣਗੀਆਂ। ਪਰ ਅੱਜ ਵੀ ਉਹ ਜਿਹੜੀਆਂ ਮੰਗਾਂ ਉਹ ਪ੍ਰੋਸੀਡਿੰਗ ਤੱਕ ਹੀ ਰਹਿ ਗਈਆਂ, ਭਰਪਾਈ ਉਹਨਾਂ ਦੀ ਕਿਤੇ ਨਹੀਂ ਹੋਈ। ਔਰ ਅੱਜ ਤੇ ਖਾਸ ਗੱਲ ਮੈਂ ਕਹਿੰਦਾ ਇੱਕ ਮਜ਼ਾਕ ਜੀ ਗੱਲ ਬਣਦੀ ਹੈ। ਮੀਟਿੰਗ 'ਚ ਕੌਣ ਕੌਣ ਸੀ ਉਧਰ ਸਰਕਾਰ ਵੱਲੋਂ? ਅੱਜ ਦੀ ਮੀਟਿੰਗ ਦੇ ਵਿੱਚ ਸਰਕਾਰ ਵੱਲੋਂ ਮਾਨਯੋਗ ਵਿਸ਼ੇਸ਼ ਮੁੱਖ ਸਕੱਤਰ ਕੰਮ ਵਿੱਤ ਕਮਿਸ਼ਨਰ ਮਾਲ ਸ਼੍ਰੀ ਕੈਪਸੀਨਾ ਜੀ ਤੇ ਨਾਲ ਮੈਡਮ ਅਲਕ ਨੰਦਾ ਦਿਆਲ ਜੋ ਸੈਕਟਰੀ ਰੈਵਨਿਊ ਨੇ ਜੀ, ਉਹ ਬੈਠੇ ਸੀ। ਪਰ ਹੈਰਾਨੀ ਦੀ ਗੱਲ ਇਹ ਹੋਈ ਹੈ ਕਿ ਸਾਨੂੰ ਜਥੇਬੰਦੀ ਨੂੰ 11 ਵਜੇ ਦਾ ਸਮਾਂ ਦਿੱਤਾ ਸੀ ਮੀਟਿੰਗ ਦਾ ਜੀ, ਤੈ ਸਮੇਂ ਤੇ ਅਸੀਂ ਇੱਥੇ ਪਹੁੰਚ ਗਏ। ਐਫਸੀਆਰ ਸਾਹਿਬ 11:20 ਤੇ ਆਏ ਔਰ ਸਾਨੂੰ ਕਹਿ ਗਿਆ ਕਿ ਮੇਰਾ ਅਗਲੀ 11:30 ਵਜੇ ਮੇਰੀ ਵੀਸੀ ਹੈ, ਸੋ ਮੇਰੇ ਕੋਲ ਸਮਾਂ ਘੱਟ ਹੈ, ਤੁਸੀਂ ਗੱਲ ਕਰੋ। 11:20 ਤੇ ਆਏ ਤੇ 11:30 ਅੱਗੇ ਮੀਟਿੰਗ, 10 ਮਿੰਟ ਕਹਿੰਦੇ ਮੇਰੇ ਕੋਲ ਆ ਗਏ 10 ਮਿੰਟ। ਸੋ ਸਭ ਤੋਂ ਸਾਡੀ ਜਿਹੜੀ ਅੱਜ ਦੀ ਭੱਖ ਦੀ ਮੰਗ ਸੀਗੀ ਸਾਡੇ ਪੂਰੇ ਸਮੁੱਚੇ ਨੂੰ, ਕਿਉਂਕਿ ਅਸੀਂ ਪੂਰੇ ਸੂਬੇ ਦੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਅੱਗੇ ਲੈ ਕੇ ਆਉਂਦੇ ਹਾਂ ਸਰਕਾਰ ਕੋਲ, ਤੇ ਅੱਜ ਦੀ ਸਾਡੀ ਮੰਗ ਸੀਗੀ ਸਾਡੇ ਡੀਸੀ ਦਫ਼ਤਰਾਂ ਦੇ ਵਿੱਚ
ਜਿਹੜੇ ਸੀਨੀਅਰ ਸਹਾਇਕ ਨੇ ਉਹਨਾਂ ਦਾ ਪ੍ਰਮੋਸ਼ਨ ਚੈਨਲ ਬਹੁਤ ਘੱਟ ਆ। ਕਿਉਂ ਘੱਟ ਆ ਕਿ 117 ਦੇ ਕਰੀਬ ਸਾਡੀਆਂ ਜਿਹੜੀਆਂ ਡਾਇਰੈਕਟ ਰਿਕਰੂਟਮੈਂਟ ਦੀਆਂ ਪੋਸਟਾਂ ਹੈ। ਕਾਰਨ ਇਹ ਕਿ ਜੇ ਇੱਕ ਕਰਮਚਾਰੀ 25 ਸਾਲ ਦੀ ਉਮਰ ਚ ਭਰਤੀ ਹੁੰਦਾ, ਵੈਸੇ ਤਾਂ ਭਰਤੀ ਦੀ ਉਮਰ ਜਿਹੜੀ ਹੈਗੀ ਆ ਉਹ 37 ਸਾਲ ਪਲੱਸ, ਜੇ ਕੋਈ ਰਿਜ਼ਰਵ ਕੈਟਾਗਰੀ ਤੋਂ ਆ ਤੇ ਉਹ 5 ਸਾਲ ਪਲੱਸ ਕਰਕੇ 42 ਸਾਲ ਤੱਕ। ਹੁਣ ਜੇ ਵੈਸੇ ਕੋਈ ਕਰਮਚਾਰੀ 25 ਸਾਲ ਦੀ ਉਮਰ ਚ ਭਰਤੀ ਹੋਇਆ ਤਾਂ ਜਿਹੜਾ ਉਹਦਾ ਸੀਨੀਅਰ ਕਲਰਕ ਤੋਂ ਸੀਨੀਅਰ ਅਸਿਸਟੈਂਟ ਬਣਦਾ ਅਗਲਾ ਪ੍ਰਮੋਸ਼ਨ ਚੈਨਲ ਆ, ਉਹਦੇ ਵਿੱਚ ਉਹ 26 ਜਾਂ 27 ਸਾਲ ਦੀ ਨੌਕਰੀ ਕਰਕੇ ਫਿਰ ਜਾ ਕੇ ਉਹਦਾ ਸੀਨੀਅਰ ਅਸਿਸਟੈਂਟ ਦੀ ਪ੍ਰਮੋਸ਼ਨ ਦੀ ਵਾਰੀ ਆਉਂਦੀ ਹੈ। 27 ਸਾਲ ਪਲੱਸ 25 ਸਾਲ, 52 ਸਾਲ ਦੀ ਉਮਰ ਪੂਰੀ ਕਰਕੇ ਕਰਮਚਾਰੀ ਇੱਕ ਸੀਨੀਅਰ ਅਸਿਸਟੈਂਟ ਬਣਦਾ ਤੇ ਪਿੱਛੇ ਰਹਿ ਗਏ 6 ਸਾਲ, ਔਰ 6 ਸਾਲ ਉਹ ਅੱਗੇ ਨੈਕਸਟ ਸੁਪਰਿੰਟੈਂਡੈਂਟ ਨਹੀਂ ਬਣ ਸਕਦਾ ਕਿਉਂਕਿ ਸੁਪਰਿੰਟੈਂਡੈਂਟ ਬਣਨ ਲਈ ਵੀ ਅੱਗੇ 6 ਸਾਲ ਦਾ ਤਜਰਬਾ ਉਹ ਚਾਹੀਦਾ ਸੀਨੀਅਰ ਅਸਿਸਟੈਂਟ ਦਾ। ਸੋ ਸਾਡੇ ਡੀਸੀ ਦਫ਼ਤਰ ਦੇ ਵਿੱਚ ਜਿਹੜੇ ਕਲਰਕ ਭਰਤੀ ਹੋ ਰਹੇ ਨੇ ਉਹ ਕਲਰਕ ਹੀ ਮੈਕਸੀਮਮ ਜਿਹੜੇ ਰਿਟਾਇਰ ਹੋ ਰਹੇ ਆ, ਇਹਦੇ ਨਾਲ ਕਰਮਚਾਰੀਆਂ ਦੇ ਜਿਹੜਾ ਫਿਊਚਰ ਆ ਉਹ ਬਹੁਤ ਧੁੰਦਲਾ ਹੈ। ਸੋ ਸਾਡੀ ਸਰਕਾਰ ਕੋਲ ਮੰਗ ਹੈ ਕਿ ਜੇ ਤੁਸੀਂ ਸੀਨੀਅਰ ਅਸਿਸਟੈਂਟ ਭਰਤੀ ਕਰਨੇ ਆ ਤਾਂ ਤੁਸੀਂ ਸਕੱਤਰੇ ਦੇ ਵਿੱਚ ਵੱਡੀ ਗਿਣਤੀ 'ਚ ਜਿਹੜੀ ਪੋਸਟ ਆ ਉੱਥੇ ਕਰ ਲਓ। ਫੀਲਡ ਦੇ ਵਿੱਚ ਸਾਡੇ ਜਿਹੜੇ ਪ੍ਰਮੋਸ਼ਨ ਚੈਨਲ ਆ ਬਹੁਤ ਘੱਟ ਆ, ਇਸ ਕਰਕੇ ਤੁਸੀਂ ਸੀਨੀਅਰ ਅਸਿਸਟੈਂਟ ਦੀ ਡਾਇਰੈਕਟ ਰਿਕਰੂਟਮੈਂਟ ਡੀਸੀ ਦਫ਼ਤਰਾਂ 'ਚ ਨਾ ਕਰੋ। ਪਰ ਕੈਪਸ਼ਨਾ ਸਰ ਕਹਿੰਦੇ ਕਿ ਨਹੀਂ, ਅਸੀਂ ਡਾਇਰੈਕਟ ਰਿਕਰੂਟਮੈਂਟ ਬੰਦ ਨਹੀਂ ਕਰ ਸਕਦੇ, ਸਾਫ਼ ਹੀ ਨਾ ਕਰਤੀ, ਕੋਰੀ ਨਾ ਕਰ ਦਿੱਤੀ ਜੀ। ਅੱਛਾ, ਔਰ ਉਹਨਾਂ ਦੇ ਵਿੱਚ ਜਿਹੜੀ ਸੈਕਟਰੀ ਬੈਠੇ ਨੇ ਸਾਡੇ ਸੈਕਟਰੀ ਰੈਵਨਿਊ ਮੈਡਮ ਅਲਕਨੰਦਾ ਦਿਆਲ, ਉਹਨਾਂ ਨੇ ਵੀ ਪੂਰੀ ਉਸ ਗੱਲ ਦੀ ਹਾਮੀ ਭਰੀ। ਸੋ ਅਸੀਂ ਕੈਪ ਉਹਨਾਂ ਦੇ ਨਾਲ ਹਾਮੀ ਭਰੀ ਵੀ ਨਹੀਂ, ਅਸੀਂ ਨਹੀਂ ਕਰ ਸਕਦੇ, ਨਹੀਂ ਕਰ ਸਕਦੇ ਜੀ। ਓਕੇ, ਸੋ ਅਸੀਂ ਇਹ ਵੀ ਕਿਹਾ ਕਿ ਜੇ ਇਸ ਤਰ੍ਹਾਂ ਨਹੀਂ ਹੋ ਸਕਦਾ ਤੇ ਫਿਰ ਇਕੱਲੇ ਡੀਸੀ ਦਫ਼ਤਰਾਂ 'ਚ ਕਿਉਂ? ਆ ਪਿੱਛੇ ਜਿਹੜੇ 2023 ਦੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਹੈ ਉਹਦੇ ਵਿੱਚ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕਰਕੇ ਸੀਨੀਅਰ ਅਸਿਸਟੈਂਟ ਦਾ ਪ੍ਰਮੋਸ਼ਨ ਕੋਟਾ 100% ਕਰ ਦਿੱਤਾ। ਜਦੋਂ ਅਸੀਂ ਉਹ ਨੋਟੀਫਿਕੇਸ਼ਨ ਅੱਗੇ ਰੱਖਿਆ ਤਾਂ ਫਿਰ ਉਹ ਵੀ ਆਪਣੇ ਅਫਸਰ ਸਾਹਿਬ ਵੱਲੋਂ ਕਿਹਾ ਗਿਆ ਕਿ ਨਹੀਂ ਉਹ ਕਿਹੜਾ ਮਹਿਕਮਾ ਹੈ, ਉੱਥੇ ਕਿਵੇਂ ਹੋ ਗਿਆ ਸਾਨੂੰ ਨਹੀਂ ਪਤਾ। ਅਸੀਂ ਕਿਹਾ ਜੀ ਸਰਕਾਰ ਦਾ ਮਹਿਕਮਾ, ਸਰਕਾਰ ਨੇ ਕੀਤਾ ਹੈ, ਤੇ ਜੇ ਤੁਸੀਂ ਇੱਕ ਸਾਰਤਾ ਨਹੀਂ ਰੱਖਦੇ ਸਾਰੇ ਵਿਭਾਗਾਂ ਦੇ ਵਿੱਚ ਤੇ ਫਿਰ ਸਰਕਾਰ ਤੇ ਸਵਾਲੀਆ ਨਿਸ਼ਾਨ ਉੱਠਦਾ ਹੈ। ਸੋ ਇਹਦੇ ਤੇ ਤੁਸੀਂ ਮੁੜ ਵਿਚਾਰ ਕਰੋ। ਪਰ ਇੰਨੀਆਂ ਗੱਲਾਂ ਦੇ ਦਰਮਿਆਨ ਸਿਰਫ ਇੱਕ ਹੀ ਮੰਗ ਤੇ ਸਾਡੀ ਗੱਲ ਚੱਲ ਰਹੀ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਮੇਰਾ ਅਗਲਾ ਵੀਸੀ ਦਾ ਸਮਾਂ ਹੋ ਗਿਆ, ਮੇਰੇ ਕੋਲ ਟਾਈਮ ਨਹੀਂ। ਸੋ ਅਸੀਂ ਕਿਹਾ ਜੀ ਅਸੀਂ ਸਤਿ ਸ੍ਰੀ ਅਕਾਲ ਕਰਕੇ ਉੱਠ ਕੇ ਮੀਟਿੰਗ ਚੋਂ ਵਾਪਸ ਆ ਗਏ ਹਾਂ, ਜਦਕਿ ਮੰਗ ਪੱਤਰ ਦੇ ਵਿੱਚ ਸਾਡੀਆਂ 17 ਮੰਗਾਂ ਸੀਗੀਆਂ ਜਿਨ੍ਹਾਂ ਤੇ ਅੱਜ ਗੱਲ ਹੋਣੀ ਸੀ। ਨਹੀਂ ਤੁਸੀਂ ਇਹ ਤਾਂ ਵਿੱਚੇ ਮੀਟਿੰਗ ਛੱਡ ਕੇ ਆ ਗਏ ਜੇ ਫਿਰ। ਬਿਲਕੁਲ ਜੀ, ਅਸੀਂ ਮੀਟਿੰਗ ਛੱਡ ਕੇ ਆ ਗਏ ਹਾਂ ਕਿ ਜੇ ਤੁਸੀਂ ਸਾਨੂੰ ਮੀਟਿੰਗ ਲਈ ਬੁਲਾਇਆ ਤੁਹਾਡੇ ਕੋਲੇ ਸਮਾਂ ਹੀ ਨਹੀਂ, ਸਾਡੀ ਇੱਕ ਮੇਨ ਮੰਗ ਤੇ ਤੁਸੀਂ ਕੋਰਾ ਜਵਾਬ ਦਿੱਤਾ ਹੈ ਤੇ ਬਾਕੀ ਮੰਗਾਂ ਤੇ ਅਸੀਂ ਕੀ ਕਰਨਾ। ਤੁਸੀਂ ਉੱਠ ਕੇ ਆ ਗਏ, ਅਸੀਂ ਉੱਠ ਕੇ ਆ ਗਏ ਸੀ ਤੇ ਫਿਰ ਉਹਨਾਂ ਨੇ ਆਵਾਜ਼ਾਂ ਨਹੀਂ ਮਾਰੀਆਂ ਵੀ ਆ ਜਾਓ ਯਾਰ, ਨਾਰਾਜ਼ ਨਾ ਹੋ ਤੁਸੀਂ। ਬੜੀ ਖੇਦ ਦੀ ਗੱਲ ਹੈ ਜੀ ਕਿ IAS ਆਫੀਸਰ ਜਿਹੜੇ ਇੱਕ ਜਥੇਬੰਦੀ ਦੀ ਮੰਗ ਨੂੰ ਸੁਣਨ ਨੂੰ ਤਿਆਰ ਨੇ ਉਹ ਪੂਰਾ ਪੰਜਾਬ ਕਿਵੇਂ ਦੇਖਣਗੇ। ਸੋ ਬੜਾ ਹਾਸੋਹਣੀ ਗੱਲ ਹੋਈ ਕਿ ਜੇ ਤੁਸੀਂ ਇਸ ਕੁਰਸੀ ਤੇ ਬੈਠੇ ਹੋ ਤੇ ਤੁਸੀਂ ਇੱਕ ਜਥੇਬੰਦੀ ਦੇ ਨੁਮਾਇੰਦੇ ਤੁਹਾਡੇ ਕੋਲੇ ਆਏ ਆ, ਅਸੀਂ ਕੋਈ ਵੀ ਮੰਗ ਜੇ ਅੱਗੇ ਸਰਕਾਰ ਕੋਲੇ ਰੱਖੀ ਆ ਤੇ ਅਸੀਂ ਉਹਦੇ ਲੌਜਿਕ ਦੱਸ ਰਹੇ ਹਾਂ ਸਰਕਾਰ ਨੂੰ। ਹੁਣ ਉੱਥੇ ਚਾਹੀਦਾ ਆਫੀਸਰ ਨੂੰ ਕਿ ਸਾਡੀ ਗੱਲ ਨੂੰ ਸੁਣਨ, ਇਹ ਨਹੀਂ ਕਿ ਉਹਨੂੰ ਟਾਲ ਦੇਣ। ਜਦੋਂ ਅਸੀਂ ਉਹਦੇ ਦਲੀਲ ਪੂਰਵਕ ਜਵਾਬ ਦੇ ਰਹੇ ਹਾਂ ਤੇ ਉਹਨਾਂ ਦਲੀਲਾਂ ਨੂੰ ਸੁਣ ਕੇ ਤੇ ਉਹਦਾ ਕੋਈ ਢੁਕਵਾਂ ਹੱਲ ਕਰਨਾ ਚਾਹੀਦਾ ਸੀਗਾ, ਬਜਾਏ ਕਿ ਇਹ ਕਹਿਣਾ ਕਿ ਤੁਹਾਡੀ ਮੰਗ ਹੋ ਹੀ ਨਹੀਂ ਸਕਦੀ। ਮਤਲਬ ਨੈਗੋਸ਼ੀਏਸ਼ਨ ਤੇ ਆਈ ਨਹੀਂ ਅਫਸਰਸ਼ਾਹੀ, ਉਹਨਾਂ ਨੇ ਸਾਫ਼ ਹੀ ਕਹਿਤਾ ਵੀ ਅਗਲੀ ਗੱਲ ਕਰੋ, ਇਹ ਤੁਸੀਂ ਮੰਨਦੇ ਹੀ ਨਹੀਂ। ਨਹੀਂ ਮੰਨਦੇ, ਔਰ ਉਸ ਤੋਂ ਬਾਅਦ ਉਹਨਾਂ ਨੇ ਕਹਿਤਾ ਜੀ ਮੇਰੀ ਅੱਗੇ 11:30 ਵੀਸੀ ਹੈ, ਸੋ ਮੇਰੇ ਕੋਲ ਸਮਾਂ ਹੈ ਨਹੀਂ। ਅਸੀਂ ਕਿਹਾ ਜੀ ਠੀਕ ਹੈ। ਆਪਣੇ ਚੀਮਾ ਸਾਹਿਬ, ਜਿੱਥੋਂ ਤੱਕ ਮੈਨੂੰ ਯਾਦ ਆ ਵੀ ਤੁਸੀਂ ਸਟ੍ਰਾਈਕ ਦੀ ਕਾਲ ਦਿੱਤੀ ਸੀ 5 ਸਤੰਬਰ ਤੋਂ, 5 ਸਤੰਬਰ 2024 ਤੋਂ 10 ਸਤੰਬਰ, ਤੇ ਸਰਕਾਰ ਨੇ ਉਹ ਸਟ੍ਰਾਈਕ ਟਾਲਣ ਲਈ ਤੁਹਾਨੂੰ ਅੱਜ ਮੀਟਿੰਗ ਦਾ ਸਮਾਂ ਦਿੱਤਾ ਸੀ। ਇਹੀ ਕਾਰਨ ਸੀ ਨਾ ਜੀ ਵੀ ਮੀਟਿੰਗ ਤੇ ਤੁਹਾਨੂੰ ਬੁਲਾ ਲੈਂਦੇ ਸਟ੍ਰਾਈਕ ਨਾ ਕਰੋ,
ਫਿਰ ਜੋ ਅੱਜ ਸਥਿਤੀ ਵਾਪਰੀ ਉੱਥੇ ਮੀਟਿੰਗ ਵਿੱਚ, ਇਹਨੂੰ ਕਿਵੇਂ ਦੇਖਦੇ ਤੁਸੀਂ? ਅੱਜ ਦੀ ਜੋ ਸਥਿਤੀ ਵਾਪਰੀ ਹੈ ਉਦੋਂ ਤਾਂ ਸਾਨੂੰ ਸਪਸ਼ਟ ਹੋ ਗਿਆ ਵੀ ਇਹ ਸਰਕਾਰ ਦਾ ਇੱਕ ਸਾਡੀ ਸੰਘਰਸ਼ ਨੂੰ ਟਾਲਣ ਦਾ ਸੀ, ਟਾਲਣ ਦੀ ਨੀਤੀ ਸੀ। ਤੇ ਇੱਥੇ ਇਹ ਵੀ ਗੱਲ ਸਾਬਤ ਹੋਈ ਹੈ ਕਿ ਜਿਹੜੇ ਸਰਕਾਰ ਦੇ ਅਧਿਕਾਰੀ ਨੇ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਵੀ ਨਹੀਂ ਸਹੀ ਤਰੀਕੇ ਨਾਲ ਕਰ ਰਹੇ। ਜਿਵੇਂ ਕਿ ਸਾਡੇ ਡਿਪਾਰਟਮੈਂਟ ਵਿੱਚ ਸੁਪਰਡੈਂਟ ਗ੍ਰੇਡ 1 ਦੀ ਮੁਕਤਸਰ ਜ਼ਿਲ੍ਹੇ ਦੀ 2021 ਤੋਂ ਅਸਾਮੀ ਖਾਲੀ ਹੈ, ਕੁਛ ਜ਼ਿਲ੍ਹਿਆਂ ਦੇ ਵਿੱਚ 10 ਮਹੀਨਿਆਂ ਤੋਂ ਖਾਲੀ ਹੈ, ਕਿਤੇ 6 ਮਹੀਨਿਆਂ ਤੇ ਕਿਤੇ 7 ਮਹੀਨਿਆਂ ਤੋਂ। ਜਦਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੇ ਗਏ ਆਦੇਸ਼ਾਂ ਮੁਤਾਬਕ ਜਿਹੜਾ ਮੁੱਖ ਸਕੱਤਰ ਦੇ ਦਫ਼ਤਰ ਵੱਲੋਂ ਇੱਕ ਪੱਤਰ ਜਾਰੀ ਹੋਇਆ ਸੀ 1140 ਨੰਬਰ 21/12/2023 ਨੂੰ, ਜਿਹਦੇ ਵਿੱਚ ਕਿ ਉਹਨਾਂ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਆਦੇਸ਼ ਜਾਰੀ ਕੀਤੇ ਸੀ ਕਿ ਤੁਸੀਂ ਜਿੰਨੀਆਂ ਵੀ ਹੈਗੀਆਂ ਪ੍ਰਮੋਸ਼ਨਾਂ ਹੋਣ ਵਾਲੀਆਂ। ਪਰ ਉਹ ਤੁਸੀਂ ਬਿਲਕੁਲ ਠੀਕ ਕਹਿ ਰਹੇ ਜੇ 18 December 2023 ਨੂੰ ਮਿਸਟੀਰੀਅਸ ਸਰਫ ਜੂਨੀਅਰ ਨਾਲ ਮੀਟਿੰਗ ਹੋਈ ਸੀ, ਉਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦੇ ਆਦੇਸ਼ ਸੀ ਅਫਸਰਾਂ ਨੂੰ ਵੀ 2 ਮਹੀਨਿਆਂ ਵਿੱਚ ਪ੍ਰਮੋਸ਼ਨਾਂ ਕਰੋ, ਉਹ ਨਹੀਂ ਹੋਈਆਂ। ਫਿਰ ਚੀਫ ਸੈਕਟਰੀ ਨੇ ਲੈਟਰ ਕੱਢੀ ਵੀ ਤੁਸੀਂ ਹਾਲੇ ਨਹੀਂ ਕੀਤੀਆਂ, 1 ਮਹੀਨਾ ਹੋਰ ਤੁਹਾਨੂੰ ਦਿੰਦੇ ਆ। ਇਹਦਾ ਮਤਲਬ ਮੁੱਖ ਮੰਤਰੀ ਦੇ ਆਰਡਰਾਂ ਨੂੰ ਅਫਸਰ ਸ਼ਾਹੀ ਮੰਨ ਨਹੀਂ ਰਹੀ। ਬਿਲਕੁਲ, ਜੇ ਉਹਨਾਂ ਆਰਡਰਾਂ ਨੂੰ ਮੰਨਦੇ ਹੁੰਦੇ ਤੇ ਸਾਡੀਆਂ ਜਿਹੜੀਆਂ ਮੰਗਾਂ ਨੂੰ ਅੱਜ ਜਿਹੜੇ ਹੈਗੇ ਨੇ ਵਿੱਤ ਕਮਿਸ਼ਨਰ ਮਾਲ ਉਹਨਾਂ ਨੂੰ ਗੰਭੀਰਤਾ ਨਾਲ ਲੈਂਦੇ ਤੇ ਅੱਗੋਂ ਆਪਣੇ ਅਧਿਕਾਰੀਆਂ ਨੂੰ ਉਦੇਸ਼ ਦਿੰਦੇ ਵੀ ਆਹ ਇਹਨਾਂ ਦੀਆਂ ਜਿਹੜੀਆਂ ਮੰਗਾਂ ਇਹ ਤਾਂ ਬਿਲਕੁਲ ਜਾਇਜ਼ ਮੰਗਾਂ ਨੇ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਉਦੇਸ਼ ਨੇ, ਪਰ ਇਹਨਾਂ ਨੂੰ ਸਾਰੀਆਂ ਗੱਲਾਂ ਨੂੰ ਚੱਲ ਕੇ ਅੱਜ ਉਹਨਾਂ ਦਾ ਸੁਖਜੀਤ ਜੀ ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ, ਤੁਸੀਂ ਨੰਗਲ ਹੋਣਾ ਨੂੰ ਚੀਮਾ ਸਾਹਿਬ ਨੂੰ ਸੁਣਿਆ, ਤੁਸੀਂ ਇਹਨੂੰ ਕਿਵੇਂ ਲੈਂਦੇ ਜੇ ਇੱਕ ਯੂਨੀਅਨ ਜਿਹੜੀ ਹਜ਼ਾਰਾਂ ਮੁਲਾਜ਼ਮਾਂ ਨੂੰ ਰਿਪ੍ਰਜੈਂਟ ਕਰਦੀ, ਉਹਦਾ ਪ੍ਰਧਾਨ ਜਨਰਲ ਸਕੱਤਰ, ਹੜਤਾਲ ਕਰਨੀ ਸੀ ਉਹਨਾਂ ਨੇ, ਸਰਕਾਰ ਨੇ ਕਿਹਾ ਨਾ ਕਰੋ ਅਸੀਂ ਸੁਣਦੇ ਹਾਂ, ਅਤੇ ਇੱਕ ਅਫਸਰ ਆ ਕੇ ਕਹਿੰਦਾ ਵੀ ਮੇਰੇ ਕੋਲ ਤਾਂ 10 ਮਿੰਟ ਹੈ ਜਲਦੀ ਕੰਮ ਨਿਬੇੜੋ, ਅਤੇ ਕਿਸੇ ਮੁੱਦੇ 'ਤੇ ਗੱਲ ਹੁੰਦੀ ਹੈ ਮੰਗ 'ਤੇ, ਅਤੇ ਸਿੱਧਾ ਹੀ ਵੀ ਇਹ ਨਾ ਇਹ ਨਹੀਂ ਮੈਂ ਕਰ ਸਕਦਾ, ਇਹ ਅਫਸਰਸ਼ਾਹੀ ਦੇ ਵਤੀਰੇ ਨੂੰ ਕਿੱਦਾਂ ਲੈਂਦੇ ਤੁਸੀਂ? ਦੇਖੋ, ਜਿੰਨਾ ਕੁ ਦੇਖਿਆ ਕਿ 2006 ਤੋਂ ਮੈਂ ਲਗਾਤਾਰ ਜਥੇਬੰਦੀ ਦੇ ਵਿੱਚ ਐਕਟਿਵ ਜੀ, ਔਰ ਵੱਖ ਵੱਖ ਜਥੇਬੰਦੀਆਂ 'ਚ ਕੰਮ ਕੀਤਾ, ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ, ਕਾਂਗਰਸ ਦੀ ਸਰਕਾਰ ਤੇ ਜਾਂ ਇਹ ਨਵੀਂ ਬਦਲਾਵ ਵਾਲੀ ਸਰਕਾਰ। ਇਹ ਪਹਿਲੀ ਵਾਰ ਅਸੀਂ ਦੇਖਿਆ ਕਿ 2022 ਤੋਂ ਲੈ ਕੇ ਜੋ ਵੀ ਇਹ ਸਰਕਾਰ ਸੱਤਾ ਦੇ ਵਿੱਚ ਆਈ ਹੈ ਅਫਸਰਸ਼ਾਹੀ ਦਾ ਰੁੱਖ ਬਿਲਕੁਲ ਹੀ ਨੈਗੇਟਿਵ ਹੋਇਆ ਹੋਇਆ, ਕਿਉਂਕਿ ਪਹਿਲਾਂ ਵੀ ਹੁੰਦਾ ਸੀ, ਜੇ ਅੱਜ ਅਸੀਂ ਗੱਲ ਕਹਿ ਲਈਏ ਕਿ ਰੈਵਨਿਊ ਦੀ ਗੱਲ ਕਰ ਲਈਏ ਕਿ ਸਰਕਾਰ ਹੋ ਸਕਦਾ ਵਿੱਤੀ ਸੰਕਟ ਦੇ ਵਿੱਚ ਆ ਜਾਂ ਕੁਝ ਘਾਟੇ ਵਾਲੇ ਪਾਸੇ ਨੂੰ ਸਰਕਾਰ ਚੱਲ ਰਹੀ, ਪਰ ਜਿਹੜੀ ਤੇਜਿੰਦਰ ਹੋਣਾ ਦੀ ਡਿਮਾਂਡ ਹੈ ਚੀਮੇ ਹੋਣਾ ਦੀ ਪ੍ਰਮੋਸ਼ਨਾ ਕਰਦੀ ਹਨ ਡਿਪਟ ਕਲਰਕ ਤੋਂ ਅਸਿਸਟੈਂਟ ਦੀਆਂ ਕਰੋ, ਉਹਦੇ ਤੇ ਫਾਈਨੈਂਸ਼ੀਅਲ ਇੰਪਲੀਕੇਸ਼ਨ ਤੇ ਕੋਈ ਹੈ ਹੀ ਨਹੀਂ। ਮੈਂ ਉਸੇ ਗੱਲ ਤੇ ਆ ਰਿਹਾ ਜੀ ਕਿ ਇਹੋ ਜਿਹੇ ਕੋਈ ਵੀ ਮੁੱਦੇ ਹੋ ਸਕਦੇ ਆ, ਬਹੁਤ ਸਾਰੇ ਮੁੱਦੇ ਇਹੋ ਜਿਹੇ ਨੇ ਜਿਹੜੇ ਵਿੱਤੀ ਬੋਝ ਬਿਲਕੁਲ ਵੀ ਨਹੀਂ ਪੈਂਦਾ, ਕਈ ਜਗ੍ਹਾ ਦੇ ਉੱਤੇ ਸਿਰਫ ਇੱਕ ਕੈਡਰ ਦਾ ਨਾਮ ਚੇਂਜ ਕਰਨ ਤੱਕ ਦੀ ਗੱਲ ਕਿ ਸਾਡਾ ਨਾਮ ਆ ਨਹੀਂ ਆ ਰਹਾ, ਉਹਨਾਂ ਮੁੱਦਿਆਂ ਦੇ ਉੱਤੇ ਵੀ ਅਫਸਰ ਸ਼ਾਹੀ ਪੂਰੀ ਤਰ੍ਹਾਂ ਕੁੰਡਲੀ ਮਾਰ ਕੇ ਬੈਠੀ ਹੋਈ ਹੈ, ਜਿੱਥੋਂ ਤਾਂ ਲਗਭਗ ਇਸ ਵਾਰੀ ਇਹ ਜਾਪ ਰਿਹਾ ਕਿ ਇਹ ਅਫਸਰ ਸ਼ਾਹੀ ਜਿੰਨੇ ਵੀ ਖਾਸ ਤੌਰ ਤੇ ਅੱਜ ਦੀ ਡੇਟ 'ਚ ਉੱਪਰ ਬਿਊਰੋਕਰੇਟ ਬੈਠੇ ਹੋਏ ਨੇ, ਉਹ ਚਾਹੁੰਦੇ ਹੀ ਇਹ ਪਏ ਨੇ ਵੀ ਜਿੰਨਾ ਮੁਲਾਜ਼ਮ ਵਰਗ ਆ ਉਹ ਸਾਰੇ ਦਾ ਸਾਰਾ ਸਰਕਾਰ ਦੇ ਖਿਲਾਫ ਜਿੰਨਾ ਜ਼ੋਰ ਲਗਾ ਸਕਦਾ ਉਹ ਲਗਾਵੇ। ਤੁਹਾਡਾ ਮਤਲਬ ਸਰਕਾਰ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੇ ਅਫਸਰ ਜੀ? ਮੈਂ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਗੱਲ ਕਰਦਾ, 17 ਮੀਟਿੰਗਾਂ ਸਾਡੀਆਂ ਕੈਬਨਿਟ ਸਬ ਕਮੇਟੀ ਨਾਲ ਹੋਈਆਂ ਹੁਣ ਤੱਕ, 22 ਤੋਂ ਲੈ ਕੇ ਅੱਜ ਤੱਕ, ਅੱਜ ਤੱਕ 17 ਮੀਟਿੰਗ। ਆਮ ਆਦਮੀ ਪਾਰਟੀ ਨੇ ਗਰੰਟੀ ਦਿੱਤੀ ਸੀ, ਗਰੰਟੀ ਦਿੱਤੀ ਹੈ, ਨੋਟੀਫਿਕੇਸ਼ਨ ਬਕਾਇਦਾ ਜਾਰੀ ਕੀਤਾ ਹੋਇਆ 18/11/22 ਨੂੰ। ਅੱਜ ਤੱਕ ਕੈਬਨਿਟ ਸਬ ਕਮੇਟੀ ਚ ਮੈਂ ਕਦੀ ਪ੍ਰੋਪਰ ਅਫਸਰ ਬੈਠੇ ਹੀ ਨਹੀਂ ਦੇਖੇ, ਆਉਂਦੇ ਹੀ ਨਹੀਂ ਕਿ ਮੀਟਿੰਗ,
ਔਰ ਪਹਿਲੀ ਵਾਰ ਆ ਇਹ ਕਿ ਅਸੀਂ ਬਾਦਲ ਸਾਹਿਬ ਨਾਲ ਮੀਟਿੰਗਾਂ ਕੀਤੀਆਂ, ਕੈਪਟਨ ਅਮਰਿੰਦਰ ਸਿੰਘ ਜੀ ਨਾਲ ਕੀਤੀਆਂ, ਚੰਨੀ ਸਾਹਿਬ ਅੱਜ ਜਿਹੜੀ ਮੀਟਿੰਗ ਉਹ ਚ ਬੈਠਾ ਰਿਹਾ ਅਫਸਰ ਕੇ ਟਿਕਿਆ ਰਿਹਾ? ਨਹੀਂ, ਪਹਿਲਾਂ ਤਾਂ ਜਿਹੜੀ ਜਥੇਬੰਦੀ ਨਾਲ ਮੀਟਿੰਗ ਸੀ ਉਹਦੀ ਡਿਟੇਲ ਰੱਖ ਕੇ ਜਦੋਂ ਦੂਜੇ ਨੰਬਰ ਤੇ ਸਾਡੀ ਵਾਰੀ ਆਈ ਤੇ ਅਫਸਰ ਸਾਹਿਬ ਮੀਟਿੰਗ ਚੋਂ ਜਾ ਚੁੱਕੇ ਸੀ, ਮੰਤਰੀ ਸਾਹਿਬ ਨੂੰ ਦੱਸ ਕੇ ਵੀ ਪੁਰਾਣੀ ਪੈਨਸ਼ਨ ਦੀ ਮੀਟਿੰਗ, ਵਿੱਤ ਸਕੱਤਰ ਉੱਠ ਕੇ ਚੱਲ ਗਏ, ਜਦ ਕਿ ਸਾਡੀ ਜਿਹੜੀ ਲੈਟਰ ਸਕੱਤਰੇ ਤੋਂ ਜਾਰੀ ਹੋਈ ਉਹਦੇ ਅੱਗੇ ਸਪੈਸ਼ਲ ਲਿਖਿਆ ਕਿ ਇਹਨਾਂ ਦੀ ਮੰਗ ਵਿੱਤ ਵਿਭਾਗ ਨਾਲ ਸੰਬੰਧਿਤ, ਮੁਲਾਜ਼ਮਾਂ ਦੀ ਕੋਈ ਵੀ ਮੰਗ ਹੋਵੇ ਵਿੱਤ ਸਕੱਤਰ ਦਾ ਬਹਿਣਾ ਲਾਜ਼ਮੀ ਹੁੰਦਾ। ਬਿਲਕੁਲ ਜੀ, ਔਰ ਖਾਸ ਤੌਰ ਤੇ ਉਹ ਮੰਗ ਹੈ ਕਿ ਜਿਹਦਾ ਵਿੱਤ ਵਿਭਾਗ ਨਾਲ ਸਿੱਧਾ ਜਾਂ ਸਿੱਧਾ ਕਨੈਕਸ਼ਨ ਹੈ, ਔਰ ਉਹ ਜਾ ਚੁੱਕੇ ਸੀ ਜਦੋਂ ਅਸੀਂ ਇਹ ਗੱਲ ਮੰਤਰੀ ਸਾਹਿਬ ਨੂੰ ਕਹੀ ਕਿ ਸਰ ਮੀਟਿੰਗ ਦੇ ਵਿੱਚ ਮੰਤਰੀ ਸਾਹਿਬ ਤਾਂ ਹੈ ਨੀ, ਚੀਮਾ ਸਾਹਿਬ ਜਿਹੜੇ ਫਾਈਨਾਂਸ ਨਾਲ ਸੰਬੰਧਿਤ ਨੇ ਤੇ ਜਿਹੜੇ ਅਫਸਰ ਸੀ ਉਹ ਤਾਂ ਜਾ ਚੁੱਕੇ ਆ, ਤੇ ਫਿਰ ਆਪਾਂ ਮੀਟਿੰਗ ਕਰਨੀ ਕਾਹਦੀ ਹੈ? ਓਕੇ, ਫਿਰ ਉਹਨਾਂ ਨੇ ਆਪਣੇ ਪੀਏ ਸਾਹਿਬ ਨੂੰ ਕਿਹਾ ਤੇ ਤਾਂ ਦੁਬਾਰਾ ਅਫਸਰ ਦੁਬਾਰਾ ਮੀਟਿੰਗ ਚ ਆ ਕੇ ਬੈਠੇ। ਇਹ ਹਾਲਾਤ ਮੰਤਰੀ ਸਾਹਿਬ ਨੂੰ ਬੁਲਾਉਣਾ ਪਿਆ ਉਹਨੂੰ ਵਾਪਸ। ਬਿਲਕੁਲ ਜੀ, ਔਰ ਜਦ ਕਿ ਮੰਤਰੀ ਸਾਹਿਬ ਨੇ ਸਾਡੇ ਸਾਹਮਣੇ ਦੀਪਕ ਜੀ ਨੂੰ ਪੁੱਛਿਆ ਕਿ ਇਹਨਾਂ ਦੀ ਮੰਗ ਕੀ ਹੈ, ਕਹਿੰਦੇ ਜੀ ਪੁਰਾਣੀ ਪੈਨਸ਼ਨ। ਓਕੇ, ਤੇ ਜੇ ਤੁਹਾਨੂੰ ਪਤਾ ਹੈ ਕਿ ਸਾਡੀ ਮੰਗ ਪੁਰਾਣੀ ਪੈਨਸ਼ਨ ਹੈ, ਵਿਭਾਗ ਦੇ ਮੁਖੀ ਤੁਸੀਂ ਬੈਠੇ ਹੋ ਪੰਜਾਬ ਸਰਕਾਰ ਵੱਲੋਂ, ਤੇ ਫਿਰ ਤੁਸੀਂ ਮੀਟਿੰਗ 'ਚ ਬੈਠੋ, ਤੁਸੀਂ ਮੀਟਿੰਗ ਛੱਡ ਕੇ ਕਿਉਂ ਜਾਂਦੇ ਹੋ? ਫਿਰ ਮੈਨੂੰ ਲੱਗਦਾ ਉਹ ਤਾਂ ਵਿਚਾਰਾ ਸੱਚਾ ਹੀ ਸੀ ਜਿਹੜਾ ਜਾ ਰਿਹਾ ਸੀ, ਉਹਨੂੰ ਇਹ ਵੀ ਅਸੀਂ ਪੁਰਾਣੀ ਪੈਨਸ਼ਨ ਤੇ ਦੇਣੀ ਨੇ, ਤੁਹਾਨੂੰ ਕਹਿ ਹੀ ਦਿੱਤਾ ਹੁੰਦਾ ਵੀ UPS ਲੈ ਲਓ। ਮੈਂ ਕਿਹਾ ਜੀ ਬੈਠ ਕੇ ਗੱਲ ਤਾਂ ਕਰਨ, ਜਦੋਂ ਅਸੀਂ ਇਹ ਗੱਲ ਕਹੀ ਕਿ UPS ਦੇ ਮੁਤਾਬਕ ਸਰਕਾਰ 18.5% ਦੇਣ ਦੇ ਕਾਬਲ ਹੈਗੀ ਹੈ, ਜੇ ਤੁਸੀਂ 14% ਨਹੀਂ ਦੇ ਰਹੇ, ਆਪਾਂ UPS ਵੀ ਮੈਂ ਕਿਹਾ ਡਿਸਕਸ ਕਰ ਲੈਂਦੇ ਹਾਂ, ਜਨਾਬ ਖੋਲ ਲੈਣ ਜਿਹੜੇ ਪੇਪਰ ਤੁਹਾਡੇ ਕੋਲ ਆ ਜਿਹੜੇ ਮੇਰੇ ਕੋਲ ਆ, ਫਿਰ ਉਸ ਗੱਲ ਤੇ ਉਹ ਚੁੱਪ ਕਰ ਗਏ। ਮੈਂ ਕਿਹਾ ਜੇ ਤੁਹਾਡੇ ਕੋਲ 14% ਸ਼ੇਅਰ ਨਹੀਂ ਦਿੱਤਾ ਜਾ ਰਿਹਾ, 18.5% ਦੇ ਲੋਗੇ? ਅਸੀਂ ਤਾਂ ਕਹਿ ਰਹੇ ਪੁਰਾਣੀ ਪੈਨਸ਼ਨ ਲਾਗੂ ਕਰੋ, ਸਾਡਾ GPF ਕੱਟੋ, ਜਿਹੜਾ 14% ਸਰਕਾਰ ਪਾ ਰਹੀ ਉਹ ਬੰਦ ਕਰੋ, ਹਿਮਾਚਲ ਪ੍ਰਦੇਸ਼ ਗੌਰਮੈਂਟ ਦਾ ਦੇਖ ਲਓ, ਬਕਾਇਦਾ CM ਸਾਹਿਬ ਨੇ ਹੁਣ ਵੀ ਵਿਧਾਨ ਸਭਾ ਸੈਸ਼ਨ ਚ ਗਿਆ ਕਿ ਪੁਰਾਣੀ ਪੈਨਸ਼ਨ ਸਾਡੇ ਉੱਤੇ ਬੋਝ ਨਹੀਂ ਹੈ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਹੈ। ਇਹ ਕਿਹਾ ਸੁੱਖੂ ਸਾਹਿਬ ਵਿਧਾਨ ਸਭਾ ਚ ਸਪੈਸ਼ਲ ਸੈਸ਼ਨ ਚ ਕਿਹਾ, ਜਦੋਂ ਵਿਰੋਧੀ ਧਿਰ ਨੇ ਇਸ ਗੱਲ ਦਾ ਰੋਲਾ ਪਾਇਆ ਕਿ ਤੁਹਾਡੇ ਕੋਲ ਤਨਖਾਹ ਦੇਣ ਲਈ ਪੈਸੇ ਨੇ ਹਿਮਾਚਲ ਦੇ ਵਿੱਚ, ਤੇ ਉਹਨਾਂ ਨੇ ਦੱਸਿਆ ਕਿ ਜਿਹੜੇ ਤਨਖਾਹ ਦੇ ਪੈਸੇ ਆ ਉਹ ਪੁਰਾਣੀ ਪੈਨਸ਼ਨ ਕਰਕੇ ਨਹੀਂ, ਜਿਹੜੇ ਸਾਡੇ ਫਲੱਡ ਆਏ ਨੇ, 6-7 ਹਜ਼ਾਰ ਕਰੋੜ ਦਾ ਸਾਡੇ ਇੱਥੇ ਖਰਚਾ ਪੈ ਗਿਆ, ਉਹਦੇ ਕਰਕੇ ਚੀਜ਼ਾਂ ਰੁਕ ਰਹੀਆਂ, ਉਹ ਵੀ ਉਹਨਾਂ ਨੇ ਸੈਲਰੀ ਜਾਰੀ ਕਰ ਦਿੱਤੀ। ਓਕੇ, ਪਰ ਪੁਰਾਣੀ ਪੈਨਸ਼ਨ ਕਿਸੇ ਵੀ ਤਰੀਕੇ ਨਾਲ ਬੋਝ ਨਹੀਂ, ਇਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸਾਹਿਬ ਨੇ ਕਲੀਅਰ ਕੀਤਾ। ਨੰਗਲ ਜੀ, ਫਿਰ ਤੁਸੀਂ ਕਿਵੇਂ ਸੋਚਦੇ ਜੇ ਵੀ ਤੁਹਾਡਾ ਪ੍ਰੈਸ਼ਰ ਵੀ ਹੈਗਾ ਸੀ, ਤੁਸੀਂ ਸਟ੍ਰਾਈਕ ਦੀ ਕਾਲ ਦਿੱਤੀ, ਤੁਹਾਨੂੰ ਸੈਕਟਰੀਏਟ ਬੁਲਾਇਆ, ਤੇ ਕੈਪ ਸਿਨਹਾ ਸਾਹਿਬ ਕਹਿੰਦੇ ਮੇਰੇ ਕੋਲ ਤਾਂ 10 ਮਿੰਟ ਆ, ਇੰਨੀ ਅੜੀ ਦਿਖਾਈ, ਕੀ ਲੱਗਦਾ ਫਿਰ ਤੁਹਾਨੂੰ ਮੁਲਾਜ਼ਮਾਂ ਦਾ ਬਣੂ ਕੁਛ? ਦੇਖੋ, ਵੈਸੇ ਤਾਂ ਸੂਬੇ ਦੇ ਵਿੱਚ ਜਿੰਨੇ ਮਹਿਕਮੇ ਕੰਮ ਕਰ ਰਹੇ ਆ ਸਾਰਿਆਂ ਦੀ ਆਪਣੇ ਆਪਣੇ ਮਹੱਤਤਾ ਹੈ, ਪਰ ਇੱਕ DC ਦਫ਼ਤਰ ਇਹੋ ਜਿਹਾ ਦਫ਼ਤਰ ਹੈ ਕਿ ਜੋ ਵੀ ਨੀਤੀਆਂ ਸਰਕਾਰ ਨੇ ਕੈਬਨਿਟ ਦੇ ਵਿੱਚ ਬਣਾਉਣੀਆਂ ਤੇ ਉਹ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਹੁਕਮ ਕਰਨੇ ਆ, ਸੋ ਡਿਪਟੀ ਕਮਿਸ਼ਨਰ ਨੇ ਅੱਗੇ ਆਪਣੇ ਸਟਾਫ ਤੋਂ ਕੰਮ ਕਰਾਉਣਾ ਹੈ, ਤੇ ਜਿਹੜਾ ਮਤਲਬ DC ਦਫ਼ਤਰ ਦੇ ਕਰਮਚਾਰੀ ਆ ਉਹ ਪ੍ਰਸ਼ਾਸਨ ਦੇ ਵਿੱਚ ਕੰਮ ਕਰਦੇ ਆ, ਸਰਕਾਰ ਦੀ ਇੱਕ ਕੜੀ ਦਾ ਕੰਮ ਜਿਹੜਾ ਉਹ ਪ੍ਰਸ਼ਾਸਨ ਨੇ ਕਰਨਾ ਹੁੰਦਾ ਹੈ। ਤੇ ਜੇ ਇੱਕ ਦੂਜੀ ਗੱਲ ਹੋਰ, ਬਈ ਇੱਕ ਵੱਡਾ ਰੈਵਨਿਊ ਜਿਹੜਾ ਸਾਡੇ ਰੈਵਨਿਊ ਡਿਪਾਰਟਮੈਂਟ ਤੋਂ ਗਵਰਨਮੈਂਟ ਨੂੰ ਜਾ ਰਿਹਾ, ਕਿਵੇਂ ਜਾ ਰਿਹਾ? ਜਿੰਨਾ ਰਜਿਸਟ੍ਰੇਸ਼ਨ ਦਾ ਕੰਮ ਹੋ ਰਿਹਾ ਤਕਰੀਬਨ 1 ਦਿਨ ਦਾ 23-24 ਕਰੋੜ ਰੁਪਇਆ ਜਿਹੜਾ ਗਵਰਨਮੈਂਟ ਨੂੰ ਰੈਵਨਿਊ ਮਾਲ ਮਹਿਕਮੇ ਤੋਂ ਜਾ ਰਿਹਾ। ਬੇਸ਼ਕ ਉੱਥੇ ਆਮ ਜਨਤਾ ਨੂੰ ਸੁਖਾਲਾ ਜ਼ਰੂਰ ਕੀਤਾ ਹੈ, ਪਰ ਉੱਥੇ ਨਾਲ ਦੀ ਨਾਲ ਸਰਕਾਰ ਦਾ
ਰੈਵਨਿਊ ਵੀ ਜਿਹੜਾ ਉਹ ਇਕੱਠਾ ਹੋਣਾ ਹੈ ਤੇ ਜੇ ਜਿਹੜੇ ਮਹਿਕਮੇ ਚੋਂ ਏਡਾ ਵੱਡੇ ਪੱਧਰ ਦਾ ਰੈਵਨਿਊ ਇਕੱਠਾ ਹੋਵੇ ਮਾਲ ਮੰਤਰੀ ਸਾਹਿਬ ਦੀ ਖੁਦ ਦੀ ਸਰਕਾਰ ਦੇ ਪੇਜ ਤੇ ਸਟੇਟਮੈਂਟ ਹੈ ਵੀ ਕਾਫੀ ਜਿਹੜਾ ਵੱਡੀ ਮਾਤਰਾ ਦੇ ਵਿੱਚ ਰੈਵਨਿਊ ਜਿਹੜਾ ਉਹ ਮਾਲ ਮਹਿਕੇ ਤੋਂ ਆ ਰਿਹਾ ਤੇ ਫਿਰ ਉਸ ਮਹਿਕਮੇ ਦੇ ਵਿੱਚ ਪ੍ਰਮੋਸ਼ਨਾਂ ਸਮੇਂ ਸਿਰ ਨਾ ਕਰਨਾ ਜਾਂ ਉਹਨਾਂ ਦੇ ਕਰਮਚਾਰੀ ਦੇ ਜਥੇਬੰਦੀ ਜਿਹੜੀ ਆ ਉਹਨੂੰ ਬੁਲਾ ਲੈਣਾ ਲਿਖਤੀ ਤੌਰ ਤੇ ਜਿਵੇਂ ਸੁਖਜੀਤ ਹੋਣੀ ਕਹਿ ਰਹੇ ਆ ਵੀ ਸ਼ਾਇਦ ਸਰਕਾਰ ਨੂੰ ਬਦਨਾਮ ਕਰਨ ਲਈ ਇੱਦਾਂ ਦਾ ਵਤੀਰਾ ਅਖਤਿਆਰ ਕਰ ਰਹੀ ਅਫਸਰ ਸ਼ਾਹੀ ਹੈ ਠੀਕ ਹੈ ਦੇਖੋ ਜੀ ਤੁਹਾਡੇ ਮਾਧਿਅਮ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਵੀ ਅਪੀਲ ਕਰਦੇ ਆ ਕਿ ਆਪਣੀ ਅਫਸਰ ਸ਼ਾਹੀ ਨੂੰ ਵੀ ਥੋੜਾ ਜਿਹਾ ਤੁਸੀਂ ਇਸ ਚੀਜ਼ ਲਈ ਦਿਸ਼ਾ ਨਿਰਦੇਸ਼ ਦਿਓ ਕਿ ਜਦੋਂ ਮੁਲਾਜ਼ਮ ਜਥੇਬੰਦੀਆਂ ਨੂੰ ਬੁਲਾਉਂਦੇ ਨੇ ਤਾਂ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਅੱਜ ਸਾਡੀ ਮੀਟਿੰਗ ਦਾ ਮਸਲਾ ਹੋਇਆ ਜੇ ਅੱਜ ਐਫਸੀਆਰ ਸਾਹਿਬ ਸਾਡੀਆਂ ਮੰਗਾਂ ਨੂੰ ਗੰਭੀਰਤਾ ਨਾਲ ਡੂੰਘਾਈ ਨਾਲ ਸੁਣ ਕੇ ਉਹਦਾ ਕੋਈ ਨਿਪਟਾਰਾ ਕਰਨ ਵੱਲ ਵੱਧਦੇ ਜਾਂ ਕੋਈ ਆਦੇਸ਼ ਦਿੰਦੇ ਅੱਗੇ ਅਧਿਕਾਰੀਆਂ ਨੂੰ ਮੈਂ ਤੁਹਾਡੀ ਗੱਲ ਰੋਕਣ ਲੱਗਾ ਆਈਏਐਸ ਅਫਸਰਾਂ ਨੂੰ ਇਹ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਜੇ ਕੋਈ ਵਰਗ ਸਟਰਗਲ ਕਰਦਾ ਕਿਤੇ ਰੈਲੀ ਕਰ ਰਿਹਾ ਕਿਤੇ ਧਰਨਾ ਮਾਰ ਰਿਹਾ ਤੇ ਪਹਿਲਾ ਕੰਮ ਇਹ ਹੈ ਵੀ ਇਹਨਾਂ ਨੂੰ ਪੈਸੀਫਾਈ ਕਰਨਾ ਉਹਨਾਂ ਨੂੰ ਸ਼ਾਂਤ ਕਰਨਾ ਬਿਲਕੁਲ ਜੇ ਕਿਤੇ ਸੜਕ ਤੇ ਵੀ ਕੋਈ ਬੈਠੇ ਹੈ ਪਰ ਤੁਸੀਂ ਤੇ ਉਹਨਾਂ ਦੇ ਅੱਗੇ ਕੁਰਸੀਆਂ ਤੇ ਬੈਠੇ ਇਹ ਦਲੀਲ ਦੇ ਰਹੇ ਜੇ ਅਫਸਰ ਦਲੀਲ ਵੀ ਨਹੀਂ ਸੁਣਨਗੇ ਔਰ ਇਹ ਕਹਿਣਗੇ ਵੀ ਤਜਿੰਦਰ ਸਿੰਘ ਜੀ ਤੁਹਾਡੀ ਜਥੇਬੰਦੀ ਲਈ ਮੇਰੇ ਕੋਲ ਤੇ 10 ਮਿੰਟ ਨੇ ਤੇ ਫਿਰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਤੇ ਗੜਬੜ ਹੈ ਦੇਖੋ ਜੀ ਜੋ ਅੱਜ ਦਾ ਰਵੱਈਆ ਸਾਡੇ ਨਾਲ ਕੀਤਾ ਗਿਆ ਤੇ ਉਹਦੇ ਤੋਂ ਤੇ ਇਹ ਸਪਸ਼ਟ ਹੈ ਕਿ ਸਰਕਾਰ ਤੇ ਮੁਲਾਜ਼ਮ ਜਥੇਬੰਦੀਆਂ ਵਿੱਚ ਜਿਹੜਾ ਟਕਰਾਅ ਹੈ ਉਹ ਵਧਾਉਣ ਲਈ ਇਹਨਾਂ ਵੱਲੋਂ ਰੋਲ ਨਿਭਾਇਆ ਜਾ ਰਿਹਾ ਸੋ ਸਰਕਾਰ ਨੂੰ ਇਹ ਅਪੀਲ ਆ ਕਿ ਆਪਣੇ ਅਧਿਕਾਰੀ ਸਾਹਿਬਾਨ ਨੂੰ ਵੀ ਇੱਦਾਂ ਦੇ ਦਿਸ਼ਾ ਨਿਰਦੇਸ਼ ਜਿਹੜੇ ਜਾਰੀ ਕਰੋ ਕਿ ਜਦੋਂ ਕਿਸੇ ਮੁਲਾਜ਼ਮ ਜਥੇਬੰਦੀ ਨੂੰ ਤੁਸੀਂ ਬੁਲਾਉਂਦੇ ਹੋ ਤੇ ਉਹਨਾਂ ਦੀਆਂ ਮੰਗਾਂ ਨੂੰ ਘੱਟੋ ਘੱਟ ਸੁਣੋ ਤਾਂ ਸਹੀ ਸਾਡੀਆਂ ਦਲੀਲਾਂ ਨੂੰ ਸੁਣੋ ਚੀਮਾ ਸਾਹਿਬ ਇਹ ਵੀ ਦੁਖੀ ਹੋ ਕੇ ਆਏ ਤੁਸੀਂ ਵੀ ਦੁਖੀ ਹੋ ਕੇ ਆਏ ਜਿਹੜੇ ਕੱਲ੍ਹ ਪਰਸੋਂ ਵੀ ਮਿਲ ਕੇ ਆਏ ਸਰਕਾਰ ਨੂੰ ਉਹ ਵੀ ਪਰੇਸ਼ਾਨ ਮਜੂਸ ਹੋ ਕੇ ਆਏ ਲੱਗਦਾ ਨਹੀਂ ਵੀ ਜਿਹੜੇ ਤੁਸੀਂ ਵੱਖ ਵੱਖ ਜਥੇਬੰਦੀਆਂ ਬਣਾਈਆਂ ਨੇ ਤੁਹਾਡਾ ਕੋਈ ਇੱਕ ਘਰ ਨਹੀਂ ਗਾ ਇੱਕ ਪਲੇਟਫਾਰਮ ਨਹੀਂ ਗਾ ਉਹਦੇ ਕਰਕੇ ਨੁਕਸਾਨ ਹੋ ਰਿਹਾ ਵੀ ਡਿਵਾਈਡ ਹੋਏ ਜੇ ਇਕੱਲੇ ਇਕੱਲੇ ਨਾਅਰੇ ਲਾਉਂਦੇ ਜੇ ਇਕੱਲੇ ਇਕੱਲੇ ਮੀਟਿੰਗਾਂ ਕਰਦੇ ਕਿਤੇ ਯੂਨਾਈਟ ਹੋ ਜਾਓ ਅਤੇ ਉਹਦੇ ਨਾਲ ਸਰਕਾਰ 'ਤੇ ਪ੍ਰੈਸ਼ਰ ਪੈ ਸਕਦਾ ਬਿਲਕੁਲ ਜੀ ਉਹਦੇ ਉੱਤੇ ਜਿਹੜੀਆਂ ਸਾਡੀਆਂ ਸਾਂਝੀਆਂ ਮੰਗਾਂ ਨੇ ਨਾ ਅੱਜ ਤਾਂ ਸਾਡੀ ਮੀਟਿੰਗ ਸੀ ਵਿਭਾਗੀ ਮੰਗਾਂ ਦੇ ਕਰਕੇ ਸਾਂਝੀਆਂ ਮੰਗਾਂ ਦੇ ਵਿੱਚ ਵੀ ਜਿਹੜਾ ਮੁਲਾਜ਼ਮ ਵਰਗ ਹੈ ਉਹ ਸਾਰਾ ਇਕੱਠਾ ਹੋ ਰਿਹਾ ਇੱਕ ਪਲੇਟਫਾਰਮ ਇਕੱਠਾ ਹੋ ਰਿਹਾ ਹਾਂਜੀ ਉਹਦੇ ਉੱਤੇ ਵੀ ਆ ਕੇ ਆਉਣ ਵਾਲੇ ਸਮੇਂ 'ਚ ਸਰਕਾਰ ਦੇ ਨਾਲ ਜਿਹੜਾ ਸੰਘਰਸ਼ ਤਿੱਖਾ ਹੋਏਗਾ ਉਹ ਸਾਰੇ ਯੂਨਾਈਟਿਡ ਹੋ ਕੇ ਸਾਂਝੀਆਂ ਮੰਗਾਂ 'ਤੇ ਲੜਾਈ ਲੜੀ ਜਾਏਗੀ ਪਰ ਅੱਜ ਜਿਹੜੀ ਸਭ ਤੋਂ ਸਰਕਾਰ ਦੇ ਅਫਸਰ ਸ਼ਾਹੀ ਦੀ ਗੱਲ ਮਾੜੀ ਲੱਗੀ ਹੈ ਕਿ ਜਿਹੜੀ ਡੀਸੀ ਦਫ਼ਤਰ ਯੂਨੀਅਨ ਹੈ ਇਹ 23 ਜੂਨ 1952 ਦੀ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਯੂਨੀਅਨ ਤੇ ਸਰਕਾਰ ਨੂੰ ਜਿਹੜਾ ਸੀ ਇਹਦੇ ਜਿਹੜੇ ਨੁਮਾਇੰਦੇ ਆ ਯੂਨੀਅਨ ਦੇ ਉਹਨਾਂ ਦੇ ਨਾਲ ਇਸ ਚੀਜ਼ ਨੂੰ ਧਿਆਨ ਚ ਰੱਖਣਾ ਤਾਂ ਚਾਹੀਦਾ ਸੀ ਕਿ ਸਭ ਤੋਂ ਪੁਰਾਣੀ ਇਹ ਮਾਨਤਾ ਪ੍ਰਾਪਤ ਯੂਨੀਅਨ ਹੈ ਤੇ ਜਦੋਂ ਵੀ ਕੋਈ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਟਕਰਾਓ ਦੀ ਸਥਿਤੀ ਸਰਕਾਰ ਤੇ ਮੁਲਾਜ਼ਮਾਂ ਦੇ ਵਿਚਕਾਰ ਆਉਂਦੀ ਹੈ ਤਾਂ ਇੱਕ ਜਿਹੜੀ ਯੂਨੀਅਨ ਹੈ ਨਾ ਉਹ ਇੱਕ ਕੜੀ ਦਾ ਰੂਪ ਕੰਮ ਕਰਦੀ ਹੈ ਪਰ ਕੜੀ ਤਾਂ ਹੀ ਕੰਮ ਕਰੇਗੀ ਜੇਕਰ ਉਹ ਅੱਗੋਂ ਸੁਣਨ ਨੂੰ ਤਿਆਰ ਹੋਣ ਉਹਨਾਂ ਕੋਲ ਸਮਾਂ ਨਹੀਂ ਹੈਗਾ ਉਹਨਾਂ ਦੇ ਅਧਿਕਾਰੀਆਂ ਕੋਲ ਲੱਗਦਾ ਕਿ ਉਹ ਜਿਹੜਾ ਮੁਲਾਜ਼ਮਾਂ ਦਾ ਸਰਕਾਰ ਦੇ ਨਾਲ ਟਕਰਾਓ ਪੈਦਾ ਕਰਨਾ ਚਾਹੁੰਦੇ ਨੇ ਸੁਖਜੀਤ ਜੀ ਇੱਕ ਗੱਲ ਜਿਹੜੀ ਅੱਜ ਥੋੜ੍ਹੀ ਥੈਲੇ 'ਚੋਂ ਬਿੱਲੀ ਬਾਹਰ ਆ ਵੀ ਗਈ ਹੈ ਪਰ ਤੁਹਾਨੂੰ ਲੱਗਦਾ ਨਹੀਂ ਜੋ ਪੰਜਾਬ ਸਰਕਾਰ ਦੇ ਵਿੱਤੀ ਹਾਲਾਤ ਨੇ ਪਿਛਲੇ ਸਮੇਂ ਸਰਕਾਰ ਨੇ ਨਾ ਚਾਹੁੰਦਿਆਂ ਵੀ ਬੱਸ ਕਿਰਾਏ ਵਧਾਏ ਨੇ ਬਿਜਲੀ ਦੀ ਸਬਸਿਡੀ ਖਤਮ ਕੀਤੀ ਹੈ ਪੈਟਰੋਲ ਡੀਜ਼ਲ 'ਤੇ ਵੈਟ ਵਧਾਇਆ ਹੋਰ ਵੀ ਕੁਛ ਇੱਦਾਂ ਦੇ ਕੰਮ ਕੀਤੇ ਰੈਵਨਿਊ ਵਧਾਉਣ ਲਈ ਵੀ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਲੀ ਗੱਲ
ਉਹ ਕਿਤੇ ਪਿੱਛੇ ਜਾ ਰਹੀ ਹੈ, ਕਿਉਂਕਿ ਹੁਣ ਇੱਕ ਸਰਕਾਰ ਕੋਲ ਇਹ ਗੱਲ ਤਾਂ ਆਊਗੀ ਵੀ UPS ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਕੇਂਦਰ ਨੇ ਦਿੱਤੀ ਉਸੇ ਪੈਟਰਨ 'ਤੇ ਤੁਹਾਡੇ 'ਤੇ ਲਾਗੂ ਕਰ ਦਿੰਦੇ, UPS ਕਿਤੇ ਤੁਹਾਨੂੰ ਪ੍ਰਵਾਨ ਹੋਊਗਾ? ਨਹੀਂ, UPS ਤਾਂ ਬਿਲਕੁਲ ਹੀ ਅਸੀਂ ਕਹਿ ਸਕਦੇ ਹਾਂ ਕਿ ਮੁਲਾਜ਼ਮਾਂ ਦੇ ਉੱਤੇ ਧੱਕਾ ਹੈ। ਉਹਦਾ ਕਾਰਨ ਜਿਹੜੇ ਹੁਣ ਤੱਕ ਦੇ 3-4 ਮੇਨ ਪੁਆਇੰਟ UPS ਦੇ ਵਿੱਚ ਸਾਹਮਣੇ ਆਏ ਨੇ, ਜਿਹਨਾਂ ਦੀ ਲੈਂਥ ਆਫ ਸਰਵਿਸ 10-12-13 ਸਾਲ ਹੈ, ਉਹਨਾਂ ਲਈ ਤਾਂ UPS ਸਹੀ ਹੈ। ਇਹ ਮੈਂ ਗੱਲ ਕਰ ਰਿਹਾ NPS ਦੇ ਤੌਰ ਤੇ, ਜਿਹੜੇ NPS ਮੁਲਾਜ਼ਮ ਪੁਰਾਣੀ ਪੈਨਸ਼ਨ ਦੀ, ਠੀਕ ਹੈ। ਉਹਦੇ ਵਿੱਚ ਕੀ ਹੈ ਕਿ NPS ਦੇ ਵਿੱਚ ਜੇ ਮੁਲਾਜ਼ਮ ਦੀ ਲੈਂਥ ਆਫ ਸਰਵਿਸ 10-12-13 ਸਾਲ ਹੈ, ਉਹਦੀ ਪੈਨਸ਼ਨ ਸਿਰਫ 2,000-3,000-4,000 ਲੱਗੇ ਜੀ। ਪਰ UPS ਚ ਇਸ ਗੱਲ ਦੀ ਗਰੰਟੀ ਹੈ ਕਿ ਤੁਹਾਡੀ ਮਿਨੀਮਮ ਪੈਨਸ਼ਨ 10,000 ਪਲੱਸ ਡਿਗੇ ਮਿਲੇਗਾ। ਪਰ ਹੁਣ ਉਹ ਚ ਡਰਾਪਬੈਕ ਕਿੱਥੇ ਕਿੱਥੇ ਨੇ, ਪ੍ਰੋਬਲਮਸ ਕਿੱਥੇ ਨੇ? ਮੇਰੀ ਰਿਟਾਇਰਮੈਂਟ 2044 ਦੇ ਵਿੱਚ ਜੀ, ਮੈਨੂੰ 2005 ਦਾ ਮੈਂ ਭਰਤੀ ਆ, ਮੇਰੀ ਮੰਨ ਲਓ 30 ਦੇ ਵਿੱਚ ਮੈਂ VRS ਲੈਣੀ ਹੋਵੇ, ਮੈਂ ਸਰਕਾਰ ਕੋਲੇ VRS ਭਰਦਾ ਔਰ ਮੈਂ UPS ਮੰਨ ਲਓ ਅਡੋਪਟ ਕਰ ਲਈ, ਜਿਹੜੀ ਗੱਲ ਆਪਾਂ ਇਸ ਟਾਈਮ UPS ਦੀ ਕਰ ਰਹੇ ਹਾਂ। ਉਹਦੇ ਵਿੱਚ VRS ਲੈਣ ਤੋਂ ਬਾਅਦ ਮੇਰੀ ਪੈਨਸ਼ਨ ਜਿਹੜੀ ਕਿ NPS ਜਾਂ UPS ਦੇ ਵਿੱਚ ਅਗਲੇ ਮਹੀਨੇ ਸ਼ੁਰੂ ਹੋ ਜਾਣੀ ਚਾਹੀਦੀ ਹੈ VRS ਲੈਣ ਤੋਂ ਬਾਅਦ। UPS ਇਹ ਕਹਿੰਦਾ ਕਿ ਤੁਹਾਡੀ ਪੈਨਸ਼ਨ ਜਦੋਂ ਤੁਹਾਡੀ ਡੇਟ ਆਫ ਰਿਟਾਇਰਮੈਂਟ ਦੀ ਏਜ ਆਏਗੀ ਉਦੋਂ ਸ਼ੁਰੂ ਹੋਏਗੀ, ਭਾਵ ਕੇ 44 ਦੇ ਵਿੱਚ ਰਿਟਾਇਰਮੈਂਟ ਲਊਂਗਾ 30 ਚ, ਪਰ ਪੈਨਸ਼ਨ ਸ਼ੁਰੂ ਹੋਏਗੀ 44 ਚ। ਇੱਕ ਤਾਂ ਇਹ ਉਹਦਾ ਸਭ ਤੋਂ ਮਾੜਾ ਪੁਆਇੰਟ ਹੈ। ਦੂਸਰੀ ਗੱਲ, ਉਹਦੇ ਵਿੱਚ ਲੈਂਥ ਆਫ ਸਰਵਿਸ ਹੋਣਾ ਕਹਿੰਦੀ 25 ਸਾਲ, ਹੁਣ ਮੈਂ ਸਰਵਿਸ ਕਰਨੀ ਹੈ 39 ਸਾਲ ਪੰਜਾਬ ਸਰਕਾਰ ਦੇ ਵਿੱਚ। ਹੁਣ ਜੇ ਮੈਂ 39 ਸਾਲ ਮੇਰੀ ਲੈਂਥ ਆਫ ਸਰਵਿਸ ਆ ਤੇ ਉਹਦੇ ਵਿੱਚ ਜਿਹੜਾ ਮੇਰਾ 25 ਸਾਲ ਦਾ ਸਿਰਫ ਮੈਨੂੰ ਬੈਨੀਫਿਟ ਮਿਲਣਾ ਤੇ ਜਿਹੜਾ ਮੇਰਾ ਬਾਕੀ ਟਾਈਮ ਦਾ 10% ਮੇਰੀ ਤਨਖਾਹ ਚੋਂ ਕੱਟਿਆ ਜਾ ਰਿਹਾ, ਉਹ ਕਿੱਥੇ ਜਾਏਗਾ? ਸਰਕਾਰ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਹੀ। ਤੀਸਰਾ ਉਹਦੇ ਵਿੱਚ ਪੁਆਇੰਟ, NPS ਦੇ ਵਿੱਚ 60-40 ਦੀ ਰੇਸ਼ੋ ਸੀ ਕਿ ਰਿਟਾਇਰਮੈਂਟ ਦੇ ਉੱਤੇ 60% ਮੁਲਾਜ਼ਮ ਨੂੰ ਮਿਲਦਾ, ਜੋ ਮੇਰਾ ਕੱਟਿਆ, ਜੋ ਸਰਕਾਰ ਨੇ ਪਾਇਆ, ਜੋ ਵੀ ਫੰਡ ਇਕੱਠਾ ਹੋ ਰਿਹਾ PFRDA ਦੇ ਕੋਲ, ਤੇ 40% ਦੀ ਮੈਂ ਕਿਸੇ ਦੀ ਵੀ ਐਨਿਊਟੀ ਖਰੀਦਾਂਗਾ, ਉਹ ਮੈਨੂੰ ਪੈਨਸ਼ਨ ਮੇਰੀ ਬਣੇਗੀ। ਬਟ UPS ਦੇ ਵਿੱਚ ਕੀ ਹੋ ਗਿਆ ਕਿ ਉਹ ਕਹਿੰਦੇ ਕਿ ਜਿਹੜਾ ਤੁਹਾਡਾ ਸ਼ੇਅਰ ਕੱਟਿਆ ਉਹ ਵੀ ਸਰਕਾਰ ਲੈ ਜਾਏਗੀ, ਜਿਹੜਾ ਸਰਕਾਰ ਨੇ ਪਾਇਆ ਉਹ ਵੀ ਸਰਕਾਰ ਲੈ ਜਾਏਗੀ, ਤੇ ਤੁਹਾਨੂੰ ਜਿਹੜੀ ਪੈਨਸ਼ਨ ਹੈ ਅਸੀਂ ਉਹ ਦੇਵਾਂਗੇ। ਓਕੇ, ਇਹ ਤੇ ਸਰਾਸਰੀ ਮੁਲਾਜ਼ਮ ਦਾ ਧੱਕਾ ਹੈ। ਜਿਹੜਾ ਮੇਰੀ ਤਨਖਾਹ ਦਾ ਕੱਟਿਆ ਇਹ ਉਹ ਵੀ ਤੁਸੀਂ ਲੈ ਗਏ, ਫਿਰ ਤੁਸੀਂ ਅੱਜ 18.5% ਦੀ ਗੱਲ ਕਰਦੇ ਹੋ 1-4-25 ਤੋਂ, ਜੇ UPS ਲਾਗੂ ਹੁੰਦੀ ਹੈ ਤੇ ਸਾਡੇ ਲਈ ਸਰਕਾਰ 40% ਪਾ ਦੇਵੇ। ਜੇ ਮੈਨੂੰ ਮਿਲਣਾ ਹੀ ਨਹੀਂ, ਸਿਰਫ ਕਾਗਜ਼ਾਤ ਹੀ ਦਿਖਾ ਰਹੇ ਹੋ, ਤੇ ਉਹਦਾ ਮੈਨੂੰ ਕੀ ਬੈਨੀਫਿਟ ਹੈ? ਇੱਕ ਉਹਦੇ ਨਾਲ ਮੈਂ ਜ਼ਰੂਰ ਗੱਲ ਕਰਾਂਗਾ, ਜਿਹੜੀ ਤੁਸੀਂ ਯੂਨਾਈਟ ਇੱਕ ਪਲੇਟਫਾਰਮ ਦੀ ਗੱਲ ਕੀਤੀ ਜੀ ਜੀ ਜੀ, ਉਹਦੇ ਵਿੱਚ ਮੈਂ ਇੱਕ ਚੀਜ਼ ਦਾ ਵਾਅਦਾ ਜ਼ਰੂਰ ਕਰਾਂਗਾ। ਪੰਜਾਬ 'ਚ ਸਾਂਝਾ ਫਰੰਟ ਕੰਮ ਕਰ ਰਿਹਾ, ਲਗਭਗ ਛੋਟੀਆਂ ਵੱਡੀਆਂ ਸਾਰੀਆਂ ਜਥੇਬੰਦੀਆਂ ਦੇ ਪਾ ਲਈਏ ਤਾਂ 50 ਤੋਂ ਵੱਧ ਵੱਡੀਆਂ ਜਥੇਬੰਦੀਆਂ ਫੈਡਰੇਸ਼ਨਾਂ ਯੂਨੀਅਨਸ ਉਹ 'ਚ ਕੰਮ ਕਰ ਰਹੀਆਂ। ਹੁਣ ਇੱਥੇ ਗੱਲ ਆਉਂਦੀ ਸਰਕਾਰ ਦੀ ਮਨਸ਼ਾ, ਉਹਨਾਂ ਨੂੰ ਮੀਟਿੰਗ ਮਿਲੀ, ਅਸੀਂ ਵੀ ਆਜ਼ਾਦ ਧਿਰ ਵਜੋਂ ਦੇ ਵਿੱਚ ਸ਼ਾਮਲ ਹਾਂ, ਕੰਮ ਕਰ ਰਹੇ ਹਾਂ, ਹਰ ਧਰਨੇ ਰੈਲੀ 'ਚ ਨਾਲ ਆਉਂਦੇ, ਕਿਉਂਕਿ ਇੱਕ ਸਾਂਝੀਆਂ ਮੰਗਾਂ ਦੀ ਜੀ ਅਸੀਂ ਗੱਲ ਬਿਲਕੁਲ ਠੀਕ। ਸਰਕਾਰ ਮੀਟਿੰਗ ਦੇ ਕੇ, ਸਾਂਝੇ ਫਰੰਟ ਦੇ ਨਾਲ ਵੀ ਮੀਟਿੰਗ ਹੋਈ, ਸਾਡੇ ਨਾਲ ਵੀ ਮੀਟਿੰਗ ਹੋਈ, ਜਲੰਧਰ ਬਾਈ ਇਲੈਕਸ਼ਨ ਜਲੰਧਰ ਪੱਛਮੀ ਦੇ ਦਰਮਿਆਨ, ਮੁੱਖ ਮੰਤਰੀ ਸਾਹਿਬ ਬੜਾ ਵੱਡਾ ਦਿਲ ਦਿਖਾਉਂਦੇ ਨੇ ਕਿ ਤੁਸੀਂ ਆਹ ਇਲੈਕਸ਼ਨ ਲੰਘਾ ਲਓ, ਕੋਈ ਰੋੜਾ ਨਾ ਪਾਓ, ਮੇਰੇ ਕੋਲ ਆਓ, ਮੈਂ ਇਲੈਕਸ਼ਨ ਤੋਂ ਬਾਅਦ ਹੀ ਤੁਹਾਡੀਆਂ ਮੰਗਾਂ ਮੰਨ ਦਿੰਦਾ। 22 ਤਰੀਕ ਦੀ ਮੀਟਿੰਗ ਪੋਸਟਪੋਨ ਹੁੰਦੀ ਹੈ, 2 ਤਰੀਕ ਦੀ ਮੀਟਿੰਗ ਪੋਸਟਪੋਨ ਹੁੰਦੀ ਹੈ, ਤੇ ਸਾਡੇ ਸਾਂਝੇ ਫਰੰਟ ਵੱਲੋਂ ਇਹ ਐਲਾਨ ਕੀਤਾ ਜਾਂਦਾ ਹੈ ਕਿ ਬਰਨਾਲੇ ਤੇ ਚੱਬੇਵਾਲ ਹਲਕੇ ਦੇ ਵਿੱਚ ਪ੍ਰੋਟੈਸਟ ਕਰੋ, 5,000-5,000 ਦਾ ਮੁਲਾਜ਼ਮਾਂ ਦਾ ਇਕੱਠ ਜਾਂਦਾ, ਪ੍ਰੋਟੈਸਟ ਹੁੰਦਾ, ਉਹਦੇ ਬਾਵਜੂਦ 2 ਵਾਰੀ ਮੀਟਿੰਗ ਪੋਸਟਪੋਨ ਹੁੰਦੀ। 3 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਮੁਲਾਜ਼ਮ ਵੱਡੀ ਗਿਣਤੀ 'ਚ ਇਕੱਠਾ ਹੁੰਦਾ, ਨਾਲ ਪੈਨਸ਼ਨ ਸਾਰੀ ਇਕੱਠੇ ਹੁੰਦੇ ਨੇ, ਮਟਕਾ ਚੌਂਕ ਜਾਂਦੇ ਨੇ, ਬਕਾਇਦਾ ਚੰਡੀਗੜ੍ਹ ਪੁਲਿਸ ਪਰਚਾ ਦਰਜ ਕਰਦੀ ਹੈ, ਬਰਾੜ ਸਾਹਿਬ ਆਉਂਦੇ ਨੇ, ਨਵਰਾਜ ਬਰਾੜ OST ਟੂ CM, ਉਹ ਇੱਕ ਲੈ ਕੇ ਆਉਂਦੇ ਨੇ ਪੱਤਰ ਕਿ ਅਸੀਂ ਤੁਹਾਨੂੰ 10 ਤਰੀਕ ਦੀ CM ਸਾਹਿਬ ਮੀਟਿੰਗ ਕਰਨਗੇ, ਮੁੱਖ ਮੰਤਰੀ ਸਾਹਿਬ 10 ਤਰੀਕ ਨੂੰ ਵੀ ਭੱਜ ਗਏ। ਮੁਲਾਜ਼ਮ ਸਾਂਝੇ ਫਰੰਟ ਦੇ ਵਿੱਚ ਇੱਕ ਝੰਡੇ ਥੱਲੇ ਵੀ ਆਉਣ ਨੂੰ ਤਿਆਰ ਹੈ, ਪਰ ਸਰਕਾਰ ਦੀ ਗਰੰਟੀ ਕੌਣ ਲਏਗਾ ਕਿ ਸਰਕਾਰ ਮੀਟਿੰਗ ਕਰੇਗੀ?
ਮੁੱਖ ਮੰਤਰੀ ਸਾਹਿਬ ਦੀ ਗਰੰਟੀ ਕੌਣ ਲਏਗਾ ਕਿ ਉਹ ਮੀਟਿੰਗ ਕਰਨਗੇ? ਇੱਥੇ ਦਾ ਵੱਡਾ ਸਵਾਲੀਆ ਜਿਹੜਾ ਨਿਸ਼ਾਨ ਆ ਉਹ ਮੁੱਖ ਮੰਤਰੀ ਜੀ ਦੀ ਆਪਣੀ ਇਮੇਜ ਤੇ ਖੜਾ ਹੁੰਦਾ ਹੈ ਕਿ ਮੁੱਖ ਮੰਤਰੀ ਸਾਹਿਬ ਆਪਣੇ ਕਹੇ ਬੋਲਾਂ ਤੇ ਸਟੈਂਡ ਲੈ ਰਹੇ ਨੇ, ਮੁੱਖ ਮੰਤਰੀ ਸਾਹਿਬ ਆਪਣੇ ਕੀਤੇ ਵਾਅਦਿਆਂ ਤੇ ਸਟੈਂਡ ਲੈ ਰਹੇ ਨੇ। ਇਹ ਉਹੀ ਮੁੱਖ ਮੰਤਰੀ ਨੇ ਜਿਹੜੇ ਬਤੌਰ ਐਮ ਪੀ 7 ਸਾਲ ਦੇ ਜਾਂ 12 ਸਾਲ ਜਿੰਨਾ ਇਹਨਾਂ ਦਾ ਕਾਰਜਕਾਲ ਸੀਗਾ ਉਦੋਂ ਦੂਜੀਆਂ ਪਾਰਟੀਆਂ ਦੇ ਉੱਤੇ ਘਟਾਸ਼ ਕਰਦੇ ਸੀਗੇ ਕਿ ਇਹ ਕਹਿ ਕੇ ਮੁੱਕਰ ਜਾਂਦੇ ਨੇ, ਤੇ ਅੱਜ ਦਾ ਹੀ ਭਗਵੰਤ ਮਾਨ ਜੀ ਨੂੰ ਬੜਾ ਸਾਫ਼ ਸ਼ਬਦਾਂ 'ਚ ਕਹਿੰਦੇ ਆ, ਤੁਸੀਂ ਤਾਂ ਸੀ ਪੀ ਐਫ ਕਰਮਚਾਰੀ ਯੂਨੀਅਨ ਨਾਲ ਜਨਵਰੀ 24 ਫਰਵਰੀ ਤੇ ਮਾਰਚ 6 ਮੀਟਿੰਗਾਂ ਬੈਕ ਟੂ ਬੈਕ ਤੁਸੀਂ ਸਾਡੇ ਨਾਲ ਦੇ ਕੇ ਮੁਲਤਵੀ ਕਰ ਦਿੱਤੀਆਂ। ਇਹ ਗੱਲ ਅਸੀਂ ਮੁੱਖ ਮੰਤਰੀ ਸਾਹਿਬ ਨੂੰ 2 ਜੁਲਾਈ ਨੂੰ ਜਲੰਧਰ ਰੈਜੀਡੈਂਸ ਦੇ ਉੱਤੇ ਕਹੀ, ਨਾਲ ਅਮਨ ਅਰੋੜਾ ਮੰਤਰੀ ਸਾਹਿਬ ਸੀਗੇ, ਤੇ ਜਵਾਬ ਪਤਾ ਕੀ ਸੀਗਾ ਜੀ? ਤੁਹਾਡੀਆਂ ਮੀਟਿੰਗਾਂ ਰਖਾਈਆਂ ਕਿੰਨੀਆਂ? ਕਿੰਨੇ? ਅਸੀਂ ਕਿਹਾ ਜੀ 100 ਐਂਡ 100 ਫਲਾਣੇ ਅਫਸਰ ਨੇ, ਕੋਈ ਨੀ ਕਹਿੰਦੇ ਉਹਦੇ ਨਾਲ ਮੈਂ ਗੱਲ ਕਰਦਾ। ਕੀ ਮੁੱਖ ਮੰਤਰੀ ਸਾਹਿਬ ਨੂੰ ਇਹ ਨੀ ਪਤਾ ਕਿ ਉਹਨਾਂ ਦੇ ਸ਼ਡਿਊਲ ਚੋਂ ਮੀਟਿੰਗ ਦਾ ਪੱਤਰ ਜਾਰੀ ਹੋ ਰਿਹਾ? ਮੁੱਖ ਮੰਤਰੀ ਦਫ਼ਤਰ ਤੋਂ ਉਹ ਜਾਰੀ ਕਿਹਨੂੰ ਕੀਤਾ ਜਾ ਰਿਹਾ? ਤੇ ਜੇ ਤੁਹਾਨੂੰ ਪਤਾ ਹੀ ਨੀ ਫਿਰ ਤੁਸੀਂ ਪੰਜਾਬ ਕਿੱਦਾਂ ਚਲਾਓਗੇ? ਮੈਂ ਉਸੇ ਗੱਲ ਨੂੰ ਵਧਾਉਣਾ ਚਾਹੁੰਦਾ ਤਜਿੰਦਰ ਜੀ, ਜਿਵੇਂ ਇਹਨਾਂ ਨੇ ਗੱਲ ਕੀਤੀ ਹੈ, ਇੱਕ ਪਾਸੇ ਵਿੱਤ ਸਕੱਤਰ, ਹੋਰ ਜਿਹੜੇ ਅਧਿਕਾਰੀ ਨੇ, ਚੀਫ ਸਕੱਤਰ ਜਦੋਂ ਮੁੱਖ ਮੰਤਰੀ ਕੋਲ ਜਾਂਦੇ ਨੇ ਤੇ ਉਹਨਾਂ ਦੇ ਕੰਨ 'ਚ ਫੂਕ ਮਾਰਦੇ ਨੇ ਵੀ ਜੇ ਤੁਸੀਂ ਮੁਲਾਜ਼ਮਾਂ ਨੂੰ 12% 3 DA ਦੀਆਂ ਕਿਸ਼ਤਾਂ ਪੈਂਡਿੰਗ ਦੇ ਦਿੱਤੀਆਂ, ਜੇ ਤੁਸੀਂ ਮੁਲਾਜ਼ਮਾਂ ਨੂੰ 1 ਜਨਵਰੀ 2016 ਤੋਂ 30 ਜੂਨ 2021 ਦਾ 5.5 ਸਾਲ ਦਾ ਤਨਖਾਹ ਕਮਿਸ਼ਨ ਦਾ ਏਰੀਅਰ ਦੇ ਦਿੱਤਾ ਤੇ ਪੰਜਾਬ ਦੇ ਬਜਟ ਦਾ ਭੱਠਾ ਗੁੱਲ ਹੋਜੂਗਾ, ਪੰਜਾਬ ਤਬਾਹ ਹੋਜੂਗਾ। ਦੂਸਰੇ ਪਾਸੇ ਉਹਨਾਂ ਨੂੰ ਇਹ ਦੱਸਣ ਵਾਲਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਸ਼ਾਇਦ ਤੁਸੀਂ ਦੱਸਿਆ ਹੋਵੇ ਵੀ ਇਹ ਉਹੀ ਨੇ ਜਿਹੜੇ ਫੂਕਾਂ ਮਾਰਦੇ ਨੇ, ਇਹ DA ਵੀ ਬਰਾਬਰ ਲਈ ਜਾਂਦੇ ਨੇ, ਏਰੀਅਰ ਵੀ ਇਹਨਾਂ ਨੇ ਛੱਕ ਲਿਆ ਤੇ ਜਿਹੜੇ ਰਿਵਾਈਜ਼ ਸਕੇਲ ਨੇ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਉਹ ਵੀ ਲੈ ਲਏ ਆ। ਇਹ ਸਾਰੀ ਸਿਚੁਏਸ਼ਨ ਤੋਂ ਲੈ ਕੇ ਤੁਹਾਨੂੰ ਲੱਗਦਾ ਵੀ ਕਿਤੇ DA ਮਿਲ ਜੂਗਾ, ਏਰੀਅਰ ਮਿਲ ਜੂਗਾ? ਮੈਂ ਵਿਚਾਰੇ ਕਹੂੰਗਾ ਠੇਕਾ ਤੇ ਆਊਟਸੋਰਸ ਮੁਲਾਜ਼ਮ ਜਿਹਨਾਂ ਦੇ ਹੱਡ ਤੇ ਖੂਨ ਜਿਹੜਾ ਆ ਉਹ ਠੇਕੇਦਾਰੀ ਸਿਸਟਮ ਚੂਸ ਰਿਹਾ ਆ, ਔਰ ਪੁਰਾਣੀ ਪੈਨਸ਼ਨ ਮਿਲ ਜੂਗੀ 2.69 ਦਾ ਅੰਕ ਮਿਲ ਜੂਗਾ, ਜਾਂ ਜਿਹੜੇ ਵਿਚਾਰੇ 17 ਜੁਲਾਈ 2020 ਤੋਂ ਬਾਅਦ ਭਰਤੀ ਹੈ ਉਹਨਾਂ ਦੇ ਕੇਂਦਰ ਦੀ ਥਾਂ 'ਤੇ ਪੰਜਾਬ ਦਾ ਸਕੇਲ ਮਿਲ ਜੂਗਾ, ਜਾਂ ਜਿਹੜੇ ਨਵੇਂ ਭਰਤੀ ਕੀਤੇ ਜਾ ਰਹੇ ਰੈਗੂਲਰ 3 ਸਾਲ ਉਹਨਾਂ ਨੂੰ ਬੇਸਿਕ ਪੇ ਦੀ ਥਾਂ 'ਤੇ ਰੈਗੂਲਰ ਤਨਖਾਹ ਮਿਲ ਜੂਗੀ? ਹੈ ਕੋਈ ਅਸਾਰ? ਦੇਖੋ ਬੜੇ ਹੀ ਖੇਤ ਨਾਲ ਇਹ ਕਹਿਣਾ ਪੈ ਰਿਹਾ ਜੀ ਕਿ ਮੰਗਾਂ ਤਾਂ ਹੁੰਦੀਆਂ ਸੀ, ਜੇ ਕੋਈ ਮੁਲਾਜ਼ਮ ਜਥੇਬੰਦੀ ਕੋਈ ਨਵੀਂ ਮੰਗ ਸਰਕਾਰ ਕੋਲੋਂ ਕਰਦੀ ਹੈ, ਹੁਣ ਇਹ DA ਕੋਈ ਮੰਗ ਤਾਂ ਹੈ ਨਹੀਂ ਸੀ, ਇਹ ਤਾਂ ਹੱਕ ਹੈ ਕਿ ਜਦੋਂ ਸਰਕਾਰ ਮੰਗ ਹੈ ਨਹੀਂ, ਠੀਕ ਤੁਹਾਡੀ ਗੱਲ, ਪਰ ਲੱਗਦਾ ਨਹੀਂ ਵੀ ਡੀ ਲਿੰਕ ਵਾਲੇ ਪਾਸੇ ਵੱਧ ਰਹੀ ਹੈ ਗੱਲ ਵੀ ਕੇਂਦਰ ਤੋਂ ਡੀ ਲਿੰਕ ਕਰ ਦੋ, 3 ਕਿਸ਼ਤਾਂ ਤੇ ਖਤਮ ਹੋ ਗਈਆਂ, 4ਥੀ ਜਿਹੜੀ 1 ਜੁਲਾਈ ਤੋਂ ਡਿਊ ਹੈ ਸ਼ਾਇਦ 2-4 ਦਿਨਾਂ ਨੂੰ ਕੇਂਦਰ ਸਰਕਾਰ ਨੇ ਦੇ ਦੇਣੀ ਹੈ। ਦੇਖੋ ਇੱਥੇ ਸਰਕਾਰ ਨੂੰ ਸਾਡੇ ਜਥੇਬੰਦੀਆਂ ਵੱਲੋਂ ਸਵਾਲ ਵੀ ਕੀਤੇ ਜਾਂਦੇ ਆ ਕਿ ਜੇ ਇੱਕ IAS ਲੌਬੀ ਹੈ ਤੇ ਉਹਨਾਂ ਨੂੰ ਜਿਹੜਾ ਸਰਕਾਰ ਵੱਲੋਂ ਸਰਕਾਰ ਦੇ ਖਜ਼ਾਨੇ ਵਿੱਚੋਂ ਸਮੇਂ ਸਿਰ ਉਹਨਾਂ ਦਾ DA, ਉਹਨਾਂ ਦੇ ACP, ਉਹਨਾਂ ਦੇ ਪ੍ਰਮੋਸ਼ਨ ਕੇਸ ਸਾਰੇ ਹੋ ਰਹੇ ਆ, ਤੇ ਜਿਹੜੇ ਮੁਲਾਜ਼ਮ ਪ੍ਰਮੋਸ਼ਨਾਂ ਹੋ ਰਹੀਆਂ ਅਫਸਰਾਂ ਦੀਆਂ ਜੀ, ਤੇ ਜਿਹੜੇ ਹੁਣ ਦੇਖੋ ਕਦੀ ਸੂਬੇ ਦੇ ਵਿੱਚ ਚੀਫ ਸੈਕਟਰੀ ਸਾਹਿਬ ਦੀ ਕੁਰਸੀ ਖਾਲੀ ਰਹੀ ਹੈ ਜੀ, ਕਦੀ FCR ਸਾਹਿਬ ਦੀ ਕੁਰਸੀ ਖਾਲੀ ਰਹੀ ਹੈ ਜੀ, ਕਦੀ ਵੀ ਨਹੀਂ ਰਹੀ। ਪਰ ਜ਼ਿਲ੍ਹਿਆਂ ਦੇ ਵਿੱਚ ਸੀਨੀਅਰ ਅਸਿਸਟੈਂਟ ਦੀਆਂ ਪਿਛਲੇ ਮੇਰੇ ਖਿਆਲ 22 ਸਾਲਾਂ ਦੀ ਮੇਰੀ ਨੌਕਰੀ ਹੋ ਗਈ ਹੈ ਜੀ, 22 ਸਾਲਾਂ ਤੋਂ ਮੈਂ ਸੀਨੀਅਰ ਅਸਿਸਟੈਂਟ ਦੀ ਡਾਇਰੈਕਟ ਰਿਕਰੂਟਮੈਂਟ ਜਿਹੜੀ ਉਹ ਹੁੰਦੀ ਨਹੀਂ ਦੇਖੀ ਗਈ। ਜੇ ਸਵਾਲ ਗੱਲ ਕਰੀਏ ਵੀ 117 ਅਸਾਮੀਆਂ ਸਾਡੇ DC ਦਫ਼ਤਰਾਂ ਦੇ ਵਿੱਚ ਸੀਨੀਅਰ ਸਹਾਇਕਾਂ ਦੀਆਂ ਨੇ ਜਿਹੜੀਆਂ ਸਿੱਧੀ ਭਰਤੀ ਦੀਆਂ, ਔਰ ਸਿੱਧੀ ਭਰਤੀ ਅੱਜ ਤੱਕ ਹੋਈ ਨਹੀਂ। ਪਿਛਲੇ
ਤਕਰੀਬਨ 30 ਸਾਲਾਂ ਤੋਂ 40 ਸਾਲਾਂ ਤੋਂ 117 ਅਸਾਮੀਆਂ ਤੇ ਸਾਡੇ ਜਿਹੜੇ ਸੀਨੀਅਰ ਅਸਿਸਟੈਂਟ ਉਹ ਵਾਧੂ ਚਾਰਜਾਂ ਨਾਲ ਕੰਮ ਕਰ ਰਹੇ ਆ ਤੇ ਉਹ ਇੱਕ ਤੋਂ ਵੱਧ ਸੀਟਾਂ ਤੇ ਕੰਮ ਕਰ ਰਹੇ ਆ ਇੱਕ ਤੋਂ ਵੱਧ ਸੀਟਾਂ ਤੇ ਕੰਮ ਕਰ ਰਹੇ ਆ ਤੇ ਉਹ ਸਰਕਾਰ ਦਾ ਰੈਵਨਿਊ ਦਾ ਫਾਇਦਾ ਹੋ ਰਿਹਾ। ਹੁਣ ਜਿਹੜੀ ਡੀਏ ਦੀ ਗੱਲ ਆ ਉਹ ਸਰਕਾਰ ਨੇ ਸਾਡੀ ਇੱਕ ਮੰਗ ਬਣਾ ਕੇ ਰੱਖ ਦਿੱਤੀ। ਹੁਣ ਜੇ ਪਿੱਛੇ ਪੈਟਰੋਲ ਤੇ ਡੀਜ਼ਲ ਦੇ ਕੀਮਤਾਂ ਚ ਵਾਧਾ ਹੋਇਆ ਤਾਂ ਮੈਂ ਇੱਕ ਦਿਨ ਬੱਸ ਸਫ਼ਰ ਕਰ ਰਿਹਾ ਸੀਗਾ ਕਿ ਅੰਮ੍ਰਿਤਸਰ ਤੋਂ ਜੰਡਿਆਲਾ ਗੁਰੂ ਤੋਂ ਅੱਗੇ ਕਰਤਾਰਪੁਰ ਸਟੇਸ਼ਨ ਦਾ ਜਿਹੜਾ ਕਿ ਇਹ ਰੇਟ ਵਧਣ ਤੋਂ ਪਹਿਲਾਂ 60 ਰੁਪਇਆ ਕਿਰਾਇਆ ਸੀਗਾ ਉਹ ਸਿੱਧਾ ਇੱਕ 60 ਕਿਲੋਮੀਟਰ ਦੇ ਵਿੱਚ 20 ਰੁਪਏ ਵੱਧ ਗਿਆ ਜੀ। ਸੋ ਉਹ ਵੀ ਤਾਂ ਸਰਕਾਰ ਕੋਲੇ ਜਾ ਰਿਹਾ। ਹੁਣ ਜਿਹੜੇ ਮੁਲਾਜ਼ਮ ਸਰ ਜਿਨ੍ਹਾਂ ਤੇ ਕੇਂਦਰ ਦਾ 7ਵਾਂ ਪੇ ਕਮਿਸ਼ਨ ਲਾਗੂ ਕਰ ਦਿੱਤਾ ਉਹਨਾਂ ਬੱਚਿਆਂ ਦੇ ਵਿੱਚ ਇੰਨੀ ਹੀਨ ਭਾਵਨਾ ਪੈਦਾ ਕਰ ਦਿੱਤੀ ਗਈ ਹੈ ਕਿ ਉਹ ਬੱਚੇ ਮੇਰੇ ਖਿਆਲ ਕੁਝ ਬੱਚੇ ਅਜਿਹੇ ਵੀ ਨੇ ਜਿਹੜੇ PhD ਡਿਗਰੀ ਵੀ ਹਾਸਲ ਕਰੀ ਬੈਠੇ ਨੇ BTech MTech MCA BCA ਹਨਾ ਕੁਝ ਤਾਂ ਬੱਚੇ ਲਾਅ ਦੀ ਡਿਗਰੀ ਵੀ ਕਰੀ ਬੈਠੇ ਆ ਉੱਧਰ ਕਿਸੇ ਪਾਸੇ ਕੰਮ ਨਾ ਬਣ ਕਰਕੇ ਉਹ ਇੰਨੀਆਂ ਵੱਡੀਆਂ ਡਿਗਰੀਆਂ ਕਰਕੇ ਅੱਜ ਇੱਕ ਕਲਰਕ ਦੀ ਕੁਰਸੀ ਤੇ ਬੈਠੇ ਆ ਔਰ ਇੰਨੀ ਵੱਡੀ ਹੀਨ ਭਾਵਨਾ। ਤਜਿੰਦਰ ਜੀ ਲੱਗਦਾ ਨੀ ਵੀ ਇਸੇ ਕਰਕੇ ਜਿਵੇਂ ਚੀਮਾ ਸਾਹਿਬ ਕਹਿ ਰਹੇ ਜਾਂ ਸੁਖਜੀਤ ਦੇ ਵੀ ਅਸੀਂ ਸਾਂਝੇ ਪਲੇਟਫਾਰਮ ਤੇ ਆ ਰਹੇ ਹਾਂ ਡਿਵੀਜ਼ਨ ਹੀ ਬਹੁਤ ਵੱਡੀ ਕਰ ਦਿੱਤੀ ਆ। ਇੱਕ ਮੁਲਾਜ਼ਮ ਆਊਟਸੋਰਸ ਤੇ ਆ, ਇੱਕ ਠੇਕੇ ਤੇ ਆ, ਇੱਕ ਡੇਲੀ ਵੇਜ ਆ, ਇੱਕ ਵਰਕ ਚਾਰਜ ਆ, ਇੱਕ ਮੁਲਾਜ਼ਮ ਜਿਹੜਾ ਆ ਉਹ 3 ਸਾਲ ਬੇਸਿਕ ਪੇ ਲੈਣ ਵਾਲਾ ਆ, ਇੱਕ ਪੁਰਾਣੀ ਪੈਨਸ਼ਨ ਲੈਣ ਵਾਲਾ, ਇੱਕ ਨਵੀਂ ਪੈਨਸ਼ਨ ਲੈਣ ਵਾਲਾ, ਇਹ ਸਾਰੀ ਲੱਗਦਾ ਵੀ ਇਹ ਡਿਵੀਜ਼ਨ ਹੀ ਇੱਦਾਂ ਦੀ ਹੋ ਗਈ। ਇੱਕ ਪੰਜਾਬ ਦੇ ਸਕੇਲ ਲੈਣ ਵਾਲਾ, ਇੱਕ ਕੇਂਦਰ ਦੇ ਸਕੇਲ ਲੈਣ ਵਾਲਾ, 9-10 ਦੇ ਕੰਡੀ ਬਣ ਗਏ, ਵਰਗ ਹੀ ਬਣ ਗਏ ਨੇ। ਇਹੀ ਤਾਂ ਸਾਰੀ ਪਾਲਿਸੀ ਪਿੱਛੇ ਬਣਾਈ ਜਾ ਰਹੀ ਆ। ਹੁਣ ਜੇ ਜਿੰਨੇ ਤੁਸੀਂ ਵਰਗ ਗਿਣਾ ਦਿੱਤੇ ਉਹਦੇ ਵਿੱਚ ਇੱਕ ਹੋਰ ਮੈਂ ਅੱਜ ਦੱਸਦਾ ਹੈ ਕਿ ਸਾਡੇ DC ਦਫ਼ਤਰਾਂ ਦੇ ਵਿੱਚ ਨਾਇਬ ਤਹਿਸੀਲਦਾਰ, ਤਹਿਸੀਲਦਾਰ ਤੇ ਜ਼ਿਲ੍ਹਾ ਮਾਲ ਆਫਿਸਰ, ਮਾਲ ਅਧਿਕਾਰੀ ਚ ਜਿਹਨੂੰ ਕਿਹਾ ਜਾਂਦਾ ਹੈ, ਉਹਨਾਂ ਦੇ ਨਾਲ ਜਿਹੜੇ ਰੀਡਰ ਕੰਮ ਕਰਦੇ ਨੇ। ਹੁਣ ਪਿੱਛੇ ਜੇ FCR ਸਾਹਿਬ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਡਿਪਟੀ ਕਮਿਸ਼ਨਰ ਨੂੰ ਕਿ ਤੁਸੀਂ ਇਹਦੇ ਤੇ ਆਪਣੀ ਟਿੱਪਣੀ ਭੇਜੋ ਕੀ ਹੈ ਵੀ ਜਿਹੜਾ ਰੀਡਰ ਦਾ ਕੇਡਰ ਆ ਉਹਨੂੰ ਹੀ ਵੱਖਰਾ ਕੀਤਾ ਜਾ ਰਿਹਾ। ਸੋ ਅੱਜ ਅਸੀਂ ਉਹ ਵੀ ਗੱਲ ਕਰਦੇ FCR ਸਾਹਿਬ ਨਾਲ ਕਿ ਤੁਸੀਂ ਜਿਹੜਾ ਮਾਲ ਅਧਿਕਾਰੀ ਨਾਲ ਰੀਡਰ ਦਾ ਕੇਡਰ ਵੱਖਰਾ ਕਰ ਰਹੇ ਹੋ, ਉਹਦੀ ਪ੍ਰਪੋਜ਼ਲ ਕੀ ਹੈਗੀ ਆ, ਹੁਣ ਉਹਦੇ ਪਿੱਛੇ ਸਰਕਾਰ ਦੀ ਕੀ ਮਨਸ਼ਾ ਆ, ਅਜਿਹੀ ਮਨਸ਼ਾ ਉਹਦੀ ਗੱਲ ਤੁਹਾਡੀ ਸੁਣੀ ਨਹੀਂ ਹੈ, ਅਖੀਰ ਤੇ ਆਈਏ। ਸੁਖਜੀਤ ਜੀ ਹੁਣ ਅਗਲਾ ਪ੍ਰੋਗਰਾਮ ਕੀ ਹੈ? ਅਸੀਂ ਤਾਂ ਹੁਣ ਇਹ ਫੈਸਲਾ ਮੀਟਿੰਗ ਕਰਕੇ ਵੀ ਕੀਤਾ ਸੀ ਔਰ ਅੱਜ ਮੰਤਰੀ ਸਾਹਿਬ ਨੂੰ ਵੀ ਇਹ ਦੱਸ ਦਿੱਤਾ ਕਿ CM ਸਾਹਿਬ ਨੂੰ ਸਾਡਾ ਫੈਸਲਾ ਜ਼ਰੂਰ ਦੱਸ ਦਿਓ। ਇੱਕ ਤਾਂ ਜਿਹੜੀਆਂ ਹਰਿਆਣੇ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਨਾਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਰਿਆਣੇ ਦੇ 3 ਜ਼ਿਲ੍ਹਿਆਂ ਦੇ ਵਿੱਚ ਤੇ ਪਲੱਸ ਚੰਡੀਗੜ੍ਹ ਦੇ ਵਿੱਚ, ਕਿਉਂਕਿ ਚੰਡੀਗੜ੍ਹ ਦੀ ਮੋਸਟਲੀ ਜਿਹੜਾ ਮੀਡੀਆ ਆ ਉਹ ਪੰਜਾਬ, ਹਰਿਆਣਾ ਤੇ ਹਿਮਾਚਲ ਸਾਂਝੇ ਤੌਰ ਤੇ ਕਵਰ ਕਰ, ਅਸੀਂ ਇੱਥੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਔਰ ਆਮ ਆਦਮੀ ਪਾਰਟੀ ਦੀ ਪ੍ਰੋਪਰ ਜਿਹੜੀ ਪੋਲ ਖੋਲ ਆ ਉਹ ਇੱਥੇ ਰੱਖਣ ਜਾ ਰਹੇ ਹਾਂ। ਜਿੰਨੇ ਮੀਟਿੰਗ ਦੇ ਪੱਤਰ ਮਿਲੇ ਤੇ ਮੁਲਤਵੀ ਹੋਏ ਉਹ ਸਾਰੇ ਮੀਡੀਆ ਕੇ ਰੱਖਾਂਗੇ, ਜਿੰਨੇ ਲਾਰੇ ਮੁਲਾਜ਼ਮਾਂ ਨਾਲ ਆਏ, ਪੈਨਸ਼ਨਾਂ ਦੇ ਨਾਲ ਆਏ, ਉਹ ਸਾਰੇ ਰੱਖਾਂਗੇ ਕਿ ਸਾਡੇ ਤਰ੍ਹਾਂ ਹਰਿਆਣੇ ਦੇ ਮੁਲਾਜ਼ਮ ਕਿਸੇ ਇਸ ਭਰਮ ਭੁਲੇਖੇ ਦੇ ਵਿੱਚ ਨਾ ਜਾਣ। ਦੂਸਰੀ ਗੱਲ, ਜਿਹੜੀਆਂ 4 ਜਮਣੀ ਚੋਣਾਂ ਹੋਣ ਜਾ ਰਹੀਆਂ ਉਹਦੇ ਵਿੱਚੋਂ ਜਿਹੜੀਆਂ 2 ਜਮਣੀ ਚੋਣਾਂ ਗਿੱਦੜਬਾਹਾ ਤੇ ਬਰਨਾਲਾ, ਇਹ 2 ਜਿਮਣੀ ਚੋਣਾਂ ਸਰਕਾਰ ਦੀਆਂ ਮੁੱਖ ਜਿਮਣੀ ਚੋਣਾਂ, ਇਹਨਾਂ ਦੇ ਉੱਤੇ ਅਸੀਂ ਯੂਨੀਅਨ ਵੱਲੋਂ ਪੂਰਾ ਜਿਹੜਾ ਪ੍ਰਭਾਵ ਆ ਉਹ ਰੱਖਾਂਗੇ, ਉੱਥੇ ਝੰਡਾ ਮਾਰਚ ਵੀ ਕਰਾਂਗੇ। ਕੀ ਅਗਲਾ ਪ੍ਰੋਗਰਾਮ? ਦੇਖੋ ਹੁਣ ਜੋ ਅੱਜ ਸਾਡੇ ਨਾਲ ਸਰਕਾਰ ਨੇ ਇੱਕ ਹਾਸੋਹੀਣੀ ਜੀ ਗੱਲ ਕੀਤੀ ਹੈ ਉਹਦੇ ਲਈ ਅਸੀਂ ਜਿਹੜਾ ਅੱਗੇ ਸੂਬਾ ਪੱਧਰੀ ਮੀਟਿੰਗ ਜਿਹੜੀ ਆ ਉਹ ਸ਼ਨੀਵਾਰ ਕਰਨ ਜਾ ਰਹੇ ਹਾਂ ਜੀ। ਉਸ ਤੋਂ ਬਾਅਦ ਵਿੱਚ ਇੱਕ ਵੱਡੇ ਸੰਘਰਸ਼ ਦਾ ਐਲਾਨ ਜਿਹੜਾ ਉਹ DC ਦਫ਼ਤਰ ਜਥੇਬੰਦੀ ਵੱਲੋਂ ਕੀਤਾ ਜਾਊਗਾ, ਜਿਹਦਾ ਜਿਹੜਾ ਨਤੀਜਾ ਉਹ ਸਰਕਾਰ ਦੇ ਸਾਹਮਣੇ ਆਜੂਗਾ। ਔਰ ਮੈਂ ਇੱਕ ਗੱਲ ਕਰਦਾ ਜੀ ਕਿ ਜਿੱਦਾਂ ਮਾਨਯੋਗ
ਦੇਸ਼ ਦੀ ਸਰਵਉੱਚ ਅਦਾਲਤ ਹੈ ਸੁਪਰੀਮ ਕੋਰਟ। ਹੁਣ ਉਸ ਅਦਾਲਤ ਦਾ ਫੈਸਲਾ ਹੈ ਕਿ ਇਕੁਅਲ ਵਰਕ ਇਕੁਅਲ ਪੇ, ਸੰਵਿਧਾਨ ਕਹਿੰਦਾ ਸਮਾਨਤਾ ਦਾ ਅਧਿਕਾਰ। ਹੁਣ ਬਰਾਬਰ ਕੰਮ ਬਰਾਬਰ ਤਨਖਾਹ ਵਾਲਾ ਮਸਲਾ ਜਿਹੜਾ ਆ ਉਹ ਇਹਨਾਂ ਨੇ ਪੰਜਾਬ ਦੇ ਕਰਮਚਾਰੀਆਂ ਤੇ ਕੇਂਦਰ ਦਾ ਸੱਤਵਾਂ ਪੇ ਕਮਿਸ਼ਨ ਲਾਗੂ ਕਰਕੇ ਸੰਵਿਧਾਨ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਔਰ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਅੱਖੋਂ ਪਰੋਖੇ ਕੀਤਾ ਹੈ। ਸੋ ਸਰਕਾਰਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜਿਸ ਤਰ੍ਹਾਂ ਸਰਕਾਰਾਂ ਨੇ ਹੁਣ ਆਪਣੇ ਵਿਧਾਇਕ ਸਾਹਿਬਾਨਾਂ ਦੀਆਂ ਤਨਖਾਹਾਂ ਵਿੱਚ ਚੋਖਾ ਵਾਧਾ ਕਰ ਦਿੱਤਾ, ਇੱਕ ਤਿਹਾਈ ਤਿੰਨ ਜਿੰਨਾ ਵੀ ਕਹਿ ਲਓ ਕਰ ਚੁੱਕੇ ਆ, ਪਰ ਕੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਦੇਣ ਦਾ ਵੀ ਸਰਕਾਰ ਕੋਲ ਸਾਧਨ ਨਹੀਂ ਹੈਗਾ? ਇੰਨਾ ਵੱਡਾ ਰੈਵਨਿਊ ਸਰਕਾਰ ਨੂੰ ਜਾ ਰਿਹਾ ਹੈ, ਚਾਹੇ ਉਹ ਐਕਸਾਈਜ਼ ਡਿਪਾਰਟਮੈਂਟ ਆ, ਚਾਹੇ ਰੈਵਨਿਊ ਜਾਂ ਹੋਰ ਅਦਰ ਡਿਪਾਰਟਮੈਂਟ ਵੀ ਕਿਤੇ ਨਾ ਕਿਤੇ ਸਰਕਾਰ ਨੂੰ ਕਮਾਈ ਦਾ ਸਾਧਨ ਹੈਗਾ ਹੈ। ਸੋ ਸਰਕਾਰ ਨੂੰ ਇਹ ਅਪੀਲ ਹੈ ਤੇ ਦਲੀਲਾਂ ਅਸੀਂ ਸਰਕਾਰ ਨੂੰ ਬਹੁਤ ਦਿੰਦੇ ਹਾਂ, ਅਪੀਲਾਂ ਵੀ ਕਰੀ ਜਾਂਦੇ ਹਾਂ, ਪਰ ਹੁਣ ਇੱਕ ਅਪੀਲ ਹੈ ਕਿ ਮੁਲਾਜ਼ਮਾਂ ਨੂੰ ਉਹਨਾਂ ਦੀ ਜਥੇਬੰਦੀਆਂ ਸੁਣ ਕੇ ਜਿਹੜੀਆਂ ਉਹਨਾਂ ਦੀਆਂ ਜਾਇਜ਼ ਮੰਗਾਂ ਆ ਉਹਨਾਂ ਦੀ ਪੂਰਤੀ ਜਿਹੜੀ ਆ ਉਹ ਮਿਹਰਬਾਨੀ। ਥੈਂਕ ਯੂ। ਸੋ ਤੁਸੀਂ ਸੁਣਿਆ ਆਪਣੀ ਲੀਡਰਸ਼ਿਪ ਨੂੰ, ਗੱਲ ਇੱਥੇ ਮੁੱਕਦੀ ਹੈ ਵੀ ਕੀ ਜਦੋਂ DA ਅਤੇ ਏਰੀਅਰ IAS ਅਫਸਰਾਂ ਨੂੰ ਦੇਣਾ ਹੁੰਦਾ ਉਦੋਂ ਪੰਜਾਬ ਦਾ ਖਜ਼ਾਨਾ ਕੋਈ ਹੋਰ ਹੁੰਦਾ, ਜਾਂ ਜਦੋਂ ਮੁਲਾਜ਼ਮਾਂ ਨੂੰ DA ਅਤੇ ਏਰੀਅਰ ਦੇਣ ਦੀ ਗੱਲ ਆਉਂਦੀ ਹੈ ਤਾਂ ਕੀ ਉਦੋਂ ਖਜ਼ਾਨਾ ਖਾਲੀ ਹੋ ਜਾਂਦਾ? ਇਹ ਬਹੁਤ ਵੱਡਾ ਸਵਾਲ ਹੈ। ਔਰ ਲੀਡਰਸ਼ਿਪ ਦਾ ਇਹ ਵੀ ਕਹਿਣਾ ਵੀ ਸ਼ਾਇਦ ਕਿਤੇ ਅਫਸਰਸ਼ਾਹੀ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਮੁਲਾਜ਼ਮਾਂ ਨਾਲ ਅਜਿਹਾ ਵਤੀਰਾ ਅਖਤਿਆਰ ਕਰ ਰਹੀ ਹੈ।